ਅਮਰੀਕਾ ਦੇ ਇਸ ਪਿੰਡ ਦੇ ਵਿੱਚ ਨਿਊਕਲੀਅਰ ਐਨਰਜੀ ਦੇ ਨਾਲ ਸਭ ਤੋਂ ਪਹਿਲਾਂ ਬਿਜਲੀ ਬਣਾਈ ਗਈ ਅਤੇ ਇਹ ਪਿੰਡ ਦੁਨੀਆ ਦੀ ਪਹਿਲੀ ਜਗ੍ਹਾ ਬਣੀ ਜਿੱਥੇ ਐਟੋਮਿਕ ਐਨਰਜੀ ਦੇ ਨਾਲ 2 ਘੰਟੇ ਲਈ ਚਾਨਣ ਹੋਇਆ। ਪਿੰਡਾਂ ਦੇ ਇਸ ਸੁੰਨੀਆਂ ਰਾਹਾਂ ਦੇ ਉੱਤੇ ਉੱਥੋਂ ਦੇ ਲੋਕਲਸ ਦੇ ਨਾਲ ਬਹੁਤ ਸਾਰੀਆਂ ਯਾਦਾਂ ਬਣੀਆਂ। ਐਡਵੈਂਚਰ ਭਰੇ ਸਾਡੇ ਇਸ ਰੋਡ ਟ੍ਰਿਪ ਦੇ ਰਾਹੀਂ ਤੁਸੀਂ ਸਾਡੇ ਨਾਲ ਦੇਖੋਗੇ ਸੁਪਨੇ ਵਰਗੀਆਂ ਉਹ ਥਾਵਾਂ ਜਿਨ੍ਹਾਂ ਨੂੰ ਦੇਖ ਕੇ ਅੱਖਾਂ ਨੂੰ ਵੀ ਯਕੀਨ ਨਹੀਂ ਹੁੰਦਾ ਕਿ ਕੁਦਰਤ ਕਿੰਨੀ ਮਹਾਨ ਹੋ ਸਕਦੀ ਹੈ। ਆਏ ਹਫ਼ਤੇ ਇਸ ਟੂਰ ਦੀ ਵੀਡੀਓ ਰਿਲੀਜ਼ ਹੋਊਗੀ ਅਤੇ ਤੁਸੀਂ ਲਾਈਕ, ਕਮੈਂਟ ਜਾਂ ਸ਼ੇਅਰ ਦੇ ਨਾਲ ਪੂਰੀ ਸਪੋਰਟ ਕਰਿਓ। ਜੀ ਆਇਆਂ ਨੂੰ। ਭੀੜ ਹੈ ਨਹੀਂ ਹੈ ਨਾ ਵਧੀਆ ਬਾਰਡਰ ਦੇ ਉੱਤੇ, ਦੋ ਕੁ ਗੱਡੀਆਂ ਹੀ ਨਹੀਂ ਅੱਗੇ। ਨਾਲ ਤਾਂ ਨਵਾਂ ਏਰੀਆ ਹੋ ਗਿਆ ਬਾਰਡਰ ਤੋਂ ਦੇ ਨਾਲ, ਨਾਲੇ ਨਵਾਂ ਬਾਰਡਰ ਕ੍ਰੋਸਿੰਗ ਦੇਖੂਗੀ। ਈਗਨ ਪੋਰਟ ਆਫ ਐਂਟਰੀ ਬੈਬ ਮੌਂਟੈਨਾ। ਸੋ ਬਾਰਡਰ ਪਾਰ ਕਰਨ ਲੱਗੇ ਹਾਂ ਜੀ, ਤੁਹਾਨੂੰ ਇੰਸਪੈਕਸ਼ਨ ਵਗੈਰਾ ਕਰਾ ਕੇ ਫਿਰ ਜੁੜਦੇ ਹਾਂ ਦੁਬਾਰਾ ਨਾਲ। ਸਿਕਿਉਰਿਟੀ ਚੈੱਕ ਹੋ ਗਿਆ ਜੀ ਉਹਨਾਂ ਨੇ, ਬੜਾ ਵਧੀਆ ਰਿਹਾ ਬਾਰਡਰ 'ਤੇ ਐਕਸਪੀਰੀਅੰਸ, ਕੋਈ ਪੁੱਛਿਆ ਹੀ ਨਹੀਂ ਹੈਗਾ। ਜਿਵੇਂ ਬੰਦਾ ਪੂਰਾ ਖੁਸ਼ ਮਿਜਾਜ ਜਿਹਾ ਹੈਗਾ ਸੀਗਾ ਤੇ ਮੌਂਟੈਨਾ ਦੇ ਵਿੱਚ ਐਂਟਰ ਕਰ ਗਏ। ਉਹ ਪਾਇਲਟ ਦੀ ਗੇਮ ਦਾ, ਹਾਂ ਗੇਮ ਦੇ ਬਾਰੇ ਗੱਲ ਕਰ ਰਹੇ ਅਸੀਂ। ਹਾਂ ਦੇਖਦਾ ਬੰਦਾ। ਹਾਂ ਲਓ ਜੀ, ਵੈਲਕਮ ਟੂ ਮੌਂਟੈਨਾ। ਤੁਸੀਂ ਵੀ ਸੋਚਦੇ ਹੋਣੇ ਆ ਵੀ ਮੁੰਡੇ ਮੈਚਿੰਗ ਹੀ ਕਰੀ ਫਿਰਦੇ, ਹੋ ਤਾਂ ਚਾਨ ਚੱਕ ਹੀ ਗਈ ਪਰ ਮੈਚਿੰਗ ਜਿਹੜੀ ਆ ਆਪਣੇ ਇਹ ਮੌਂਟੈਨਾ ਵਾਲੇ ਸਾਈਨ ਦੇ ਨਾਲ ਵੀ ਹੋ ਗਈ। ਮੈਨੂੰ ਲੱਗਦਾ ਜਿਵੇਂ ਰੱਬ ਨੂੰ ਵੀ ਪਤਾ ਹੀ ਸੀ ਪਹਿਲਾਂ ਹੈ, ਕਿਉਂਕਿ ਜਿਹੜੀ ਇਸ ਟੂਰ ਦੇ ਦੌਰਾਨ ਆਪਣੇ ਜਿਹੜੀ ਲੈਂਡਸਕੇਪ ਜਾ ਕੇ ਦੇਖਣੀ ਹੈ ਉਹਦਾ ਵੀ ਕੁਛ ਰੰਗ ਫਿਰ ਹਲਕਾ ਮਜ਼ਾ ਮਿਲਦਾ ਜੁਲਦਾ ਜ਼ਿਆਦਾ ਹੈਗਾ ਹੀ ਆ ਨਾਲ, ਹੈ ਨਾ, ਸਾਰੀ ਧਰਤੀ ਦਾ। ਸੋ ਵਧੀਆ ਜਿਵੇਂ ਰੰਗ ਜਿਹਾ ਬੰਨਿਆ ਗਿਆ ਪਹਿਲੇ ਹੀ। ਹਾਂ ਮੌਂਟੈਨਾ ਦੇ ਵਿੱਚ ਆਪਾਂ ਪਹਿਲਾਂ ਹੁਣ ਸਟੋਪ ਲਾਇਆ, ਥੋੜ੍ਹਾ ਜਿਹਾ ਰੋਟੀ ਪਾਣੀ ਖਾਂਦੇ ਹਾਂ ਜੀ। ਬਹੁਤ ਸੋਹਣਾ ਇੱਥੇ ਵਿਊ ਹੈ, ਪਿੱਛੇ ਜਿਹੜੀ ਆਪਾਂ ਲੇਕ ਦੇਖ ਰਹੇ ਹਾਂ ਇਹ ਹੈਗੀ ਹੈ ਲੋਅਰ ਸੈਂਟ ਮੇਰੀ ਲੇਕ ਮੌਂਟੈਨਾ ਦੇ ਵਿੱਚ। ਪਿੱਛੇ ਪਹਾੜਾਂ ਦਾ ਦ੍ਰਿਸ਼ ਤੇ ਸੈਂਟ ਮੇਰੀ ਲੇਕ, ਪਹਾੜਾਂ ਦੇ ਪਰਲੇ ਪਾਸੇ ਪਿੱਛੇ ਕੈਨੇਡਾ ਦਾ ਵਾਟਰ ਟਰਨ ਨੈਸ਼ਨਲ ਪਾਰਕ ਹੈ। ਹੈ ਕਿਵੇਂ ਕਰਨਾ, ਇਹਦੇ ਵਿੱਚ ਹੀ ਖਾ ਲੈਣੇ ਆ ਦਹੀਂ। ਡਿੱਗੀ ਦੇ ਵਿੱਚ ਹੁਣ ਸਮਾਨ ਬਾਹਲਾ ਮਿਲਣਾ, ਜਾਂ ਸੀਟ 'ਤੇ ਰੱਖ ਲਓ ਉੱਧਰ ਤਾਂ ਫਿਰ ਜ਼ਿਆਦਾ ਕੰਮ ਹੋ ਜਾਂਦਾ। ਜਿਵੇਂ ਯਾਰ ਆਹ ਲੇਕ ਜੀ ਦੇ ਆਲੇ ਦੁਆਲੇ ਹੈ ਨਾ, ਇੱਧਰ ਥੋੜ੍ਹੇ ਜਿਹੇ ਘਰ ਨੇਗੇ, ਇਹ ਜਿਵੇਂ ਕੈਂਪ ਗਰਾਊਂਡ ਵਾਂਗੂ ਹੈਗਾ ਦੇਖਣਾ, ਉਹ ਦੂਰ ਦੂਰ ਲੋਕ ਬਸ ਐਂ ਬੈਠੇ ਨੇ। ਆਹ ਦੇਖ ਇੱਧਰਲੇ ਪਾਸੇ ਕਿਨਾਰੇ ਕਿਨਾਰੇ ਨਹੀਂ ਨੇ, ਸਾਰੇ ਪਾਸੇ ਘਰ ਬਣੇ ਹੋਏ ਹੈ ਨਾ। ਹਾਂ ਲੇਕ ਉੱਧਰ ਨੂੰ ਕਿੱਥੇ ਤੱਕ ਹੈਗੀ, ਹੋਰ ਵੀ ਗੱਡੀਆਂ ਆ ਕੇ ਖੜ ਗਈਆਂ ਜੀ। ਵਿਊ ਪੁਆਇੰਟ ਖਿੱਚਦਾ ਹੈਗਾ ਬੰਦਿਆਂ ਨੂੰ। ਇੱਕ ਜਿਹੜਾ ਉਹਦੇ ਪਿੱਛੇ ਗੱਡੀ ਦੇ ਪਿੱਛੇ ਹੁਣ ਉਹ ਲੱਗਿਆ ਹੋਇਆ ਰੈਕ ਜਿਹਾ ਉਹਨਾਂ ਨੇ ਲਾਇਆ ਹੋਇਆ, ਤੇ ਕਿੰਨਾ ਸਮਾਨ ਲੱਦੀ ਫਿਰਦਾ ਯਾਰ ਇਹ। ਮੈਂ ਕਿਹਾ ਸੇਫ ਜਿਹਾ ਟੁੱਟਦਾ ਨੀ, ਜਿੰਨੀ ਕਪੈਸਿਟੀ ਜੀ ਜੁੜਨੇ ਤੱਕ ਰੱਖੋ ਫਿਰ ਤਾਂ ਠੀਕ ਹੈ, ਕਿਉਂਕਿ ਉਰਾਂ ਜਦੋਂ ਹੋ ਗਿਆ ਪਿੱਛੇ ਝੂਲੇ ਮਾਰ ਰਿਹਾ ਸੀ ਉਹ ਪੂਰਾ, ਨਾ ਪਤਾ ਲੱਗਣਾ ਕਿਤੇ ਸਮਾਨ ਬੰਦਾ ਲੈ ਕੇ ਜਾਵੇ ਕੈਂਪ ਸਾਈਟ ਤੇ ਦੇਖੇ ਉੱਥੇ ਜਾ ਕੇ ਵੀ ਸਮਾਨ ਹੀ ਹੈ ਨੀਂ, ਲੋਡਿੰਗ ਕਪੈਸਿਟੀ ਤੱਕ ਜੇ ਰੱਖੋ ਫਿਰ ਤਾਂ ਠੀਕ ਹੈ, ਉਹ ਹਿੱਲਦਾ ਹੀ ਹੈਗਾ ਪਰ ਟੁੱਟਦਾ ਨਹੀਂ। ਬੜੀ ਵਧੀਆ ਚੀਜ਼ ਹੈ, ਇਨਵੈਸਟਮੈਂਟ ਇੱਕ ਕਰਨ ਵਾਲੀ ਹੈ। ਅੱਜ ਮਟਾਲੀ ਦੇ ਖੜੀਆਂ ਸਾਰੀਆਂ ਹੈ ਨਾ। ਹਾਂ ਮੈਂ ਕਿਹਾ ਦੇਖ ਰਿਹਾ ਨਾ ਇਹ ਹੁਣ ਜਿੰਨੇ ਸੁੱਕੇ ਦਰਖਤ ਹੈ ਸਭ ਵਿੱਚੇ ਟੁੱਟ ਕੇ ਗਿਰ ਗਏ। ਹਾਂ ਸਾਰਾ ਰਿਓ ਮੰਨਾ ਦੁਬਾਰਾ ਇਹ।
ਯਾ ਇਹੀ ਤਾਂ ਇਹ ਪ੍ਰੋਸੈਸ ਹੈ ਨਾ ਨੈਚੁਰਲ, ਇਹਦਾ ਹੀ ਰੇ ਬਣਨਾ ਗਾ। ਸੋ ਇਹਦੀ ਗੱਡੀ ਅਲਾਈਨਮੈਂਟ ਕਦ ਕਰਾਈ ਹੈ ਚੈੱਕ? ਅਲਾਈਨਮੈਂਟ ਦਾ ਜੀ ਮੈਂ 2 ਦਿਨ ਪਹਿਲਾਂ ਕਰਾ ਕੇ ਹਟਿਆ, ਸਰਵਿਸ ਤੇ ਅਲਾਈਨਮੈਂਟ ਸਾਰਾ ਕੁਝ ਚੈੱਕ ਕਰਾਇਆ ਗਾ, ਥੋੜੀ ਜਿਹੀ ਐਡਜਸਟ ਕਰਨ ਵਾਲੀ ਸੀਗੀ, ਉਹਨਾਂ ਤੋਂ ਕਰਾਈ ਹੈਗੀ ਚੇਂਜ। ਪਰ ਹਲਕੀ ਜਿਵੇਂ ਹਾਲੀ ਵੀ ਐਂ ਲੱਗਦਾ ਵੀ ਖੱਬੇ ਪਾਸੇ ਨੂੰ, ਜਿਵੇਂ ਇੱਕ ਹੱਥ ਜਿਵੇਂ ਮਾੜਾ ਜਿਹਾ ਹੱਥ ਛੱਡਣ ਨਹੀਂ ਦਿੰਦੀ, ਖੱਬੇ ਪਾਸੇ ਨੂੰ ਜਾਂਦੀ ਥੋੜੀ ਥੋੜੀ। ਨਹੀਂ ਉਹ ਮੈਂ ਤੁਹਾਨੂੰ ਦੱਸਦਾ, ਉਹ ਇਹਦੇ ਉਹ ਨੇਗੇ ਜਿਹੜੀ ਲੇਨ ਟਰੇਸਿੰਗ ਹੈ ਨਾ, ਉਹਦੇ ਕਰਕੇ ਹੈਗਾ। ਜੇ ਮਾੜੀ ਜਿਹੀ ਇੱਕ ਪਾਸੇ ਨੂੰ ਜਾਂਦੀ ਹੈ ਫਿਰ ਉਹ ਦੂਜੇ ਪਾਸੇ ਨੂੰ ਧੱਕ ਦਿੰਦੀ ਹੈਗੀ ਗੱਡੀ, ਉੱਥੇ ਵੀ ਸੈਂਟਰ ਥੋੜ੍ਹਾ ਜਿਹਾ, ਹਾਂ ਉਹ ਲੇਨ ਸੈਂਟਰਿੰਗ ਜੀ ਕਰਕੇ ਉਹ ਚੱਲੀ ਜਾਂਦਾ ਰਹਿੰਦਾ, ਇਹਦਾ ਕਦੇ ਇੱਧਰ ਨੂੰ ਕਦੇ ਉੱਧਰ ਨੂੰ। ਓਕੇ ਓਕੇ ਓਕੇ, ਮੈਨੂੰ ਐਂ ਲੱਗੀ ਜਾ ਰਿਹਾ ਮੈਂ ਕਿਹਾ ਵੀ ਇੱਧਰ ਨੂੰ ਖੱਬੇ ਨੂੰ ਵੱਧ ਖਿੱਚ ਰਹੀ ਹੈ। ਨਹੀਂ ਨਹੀਂ ਉਹ ਤੁਹਾਨੂੰ ਐਵੇਂ ਭੁਲੇਖਾ ਗਾ, ਤੁਸੀਂ ਇੱਕ ਹੱਥ ਨਾਲ ਚਲਾ ਰਹੇ ਹੋ, ਉਹਨਾਂ ਨਾਲ ਚਾਹ ਦਾ ਕੱਪ ਰੱਖੋ ਪਹਿਲਾਂ, ਫਿਰ ਚਾਹ ਵੀ ਠੰਡੀ ਹੋਣੀ ਜਰੂਰ ਵੀ ਚਾਹ ਨਾ ਠੰਡੀ ਹੋ ਜਾਵੇ। ਕੈਨੇਡਾ ਤੇ ਬਣ ਕੇ ਆਈ ਹੈ, ਪੀ ਪੀ ਦਾ ਗਰਮ ਗਰਮ ਲਈਏ। ਠੰਡ ਜੀ ਲੱਗੀ ਉੱਥੇ, ਟਰੱਕ ਸਟਾਪ ਆ ਗਿਆ, ਲੇਕ ਇੰਨੀ ਵਧੀਆ ਸੀਗੀ ਉਹ ਉੱਥੇ, ਬਸ ਏਦਾਂ ਹੀ ਆਪਾਂ ਬ੍ਰੇਕਾਂ ਲਾ ਕੇ ਰੋਕ ਲਈ, ਪਤਾ ਵੀ ਨੀ ਲੱਗਿਆ ਕੀ ਸੀ, ਕੱਟ ਆਊਟ ਸੀ ਜਾਂ ਕੀ ਕਹੀਏ ਉਹਨੂੰ, ਹਨਾ ਵਿਊ ਪੁਆਇੰਟ ਜਿਹਾ ਵਧੀਆ। ਉੱਥੇ ਠੰਡ ਜੀ ਲੱਗੀ, ਫਿਰ ਬਾਠ ਨੀ ਲੈ ਕੇ ਆਏ ਸੀ ਚਾਹ, ਦੱਸਿਆ ਨੀ ਹੈਗਾ ਵੀ ਚਾਹ ਦੀ ਬੋਤਲ ਵੀ ਲੈ ਕੇ ਆਇਆ, ਜਮਾਂ ਸਰਪ੍ਰਾਈਜ਼ ਵਾਲਾ ਗੱਲ ਹੋਈ। ਮੈਂ ਨਜ਼ਾਰਾ ਲਿਆਤਾ ਪੂਰਾ, 11 ਵਜੇ ਨੇ, 11 ਵਜੇ ਘਰੇ ਵੀ ਚਾਹ ਜੀ ਪੀਂਦੇ ਹੁੰਦੇ ਸੀ ਹਨਾ, ਪੂਰਾ ਵਧੀਆ ਉਹ ਕਰਤਾ, ਉੱਪਰੋਂ ਦੀ ਪਨੀਰ ਵਾਲੇ ਰੋਟੀਆਂ ਰੋਲ ਬਣਾ ਤੇ, ਪੂਰੇ ਐਂ ਨਾ ਲੱਗਿਆ ਜਿਵੇਂ ਪਨੀਰ ਵਾਲਾ ਕਾਠੀ ਰੋਲ ਹੀ ਬਣਾ ਤਾ, ਬਹੁਤ ਗਰਮਾ ਗਰਮ ਚਾਹ। ਜਦੋਂ ਵੈਸੇ ਵੀ ਘਰ ਤੋਂ ਦੂਰ ਹੁੰਦੇ ਹਾਂ ਨਾ ਆਪਾਂ, ਜਿਵੇਂ ਇੰਡੀਆ ਦੇ ਵਿੱਚ ਆਪਾਂ ਖੇਤ ਚੱਲ ਜਾਂਦੇ ਸੀ, ਜਿਹੜੀ ਖੇਤ ਦੇ ਵਿੱਚ ਜਾ ਕੇ ਰੋਟੀ ਖਾਂਦੇ ਸੀ, ਉਹ ਕੰਮ ਹੈ ਹੁਣ ਇੱਥੇ, ਪਤਾ ਵੀ ਕੁਛ ਮਿਲਣਾ ਨਹੀਂ ਹੈਗਾ, ਸੜਕ ਦੇ ਕਿਨਾਰੇ ਤੇ ਖੜ ਕੇ ਉਹ ਪਨੀਰ ਦੀ ਜਿਹੜੀ ਭੁਰਜੀ ਬਣਾ ਕੇ ਲਿਆਂਦੀ ਸੀ ਨਾ ਰੋਟੀ ਦੇ ਰੋਲਾਂ 'ਚ ਬਣਾਈ ਹੋਈ, ਉਹ ਵੀ ਬਹੁਤ ਸਵਾਦ ਲੱਗਦੀ ਹੈ। ਫਰਕ ਤਾਂ ਪੈਂਦਾ, ਐਲੀਵੇਸ਼ਨ ਖਾਸੀ ਹੋ ਗਈ ਆਪਣੀ ਉੱਪਰ ਨੂੰ। ਆ ਸੜਕ ਨਾ ਇੱਥੋਂ ਕੈਮਰੇ ਜਿਹਾ ਲੱਗ ਰਿਹਾ ਜਿਵੇਂ ਬੱਦਲਾਂ ਜਾਂ ਚੁੰਗੀ ਜਾਂਦੀ ਹੋਵੇ, ਖਾਸੀ ਇਹ ਉੱਚੇ ਆ ਗਏ। ਸੱਜੇ ਪਾਸੇ ਨੂੰ ਬੱਦਲ ਦੇਖ ਇੱਧਰ ਨੂੰ, ਜਿਹੜੇ ਬਲੂ ਦੇਖ ਲਓ ਵਿੱਚ, ਇਹਨਾਂ ਜਾਂ ਸ਼ੁਰੂ ਸ਼ੁਰੂ 'ਚ ਕੰਪਿਊਟਰ ਉੱਤਰ ਦਾ ਨਾ ਇੱਕ ਵਾਰ, ਜਿਹੜੀ ਨਾ ਉਹ 'ਚ ਵਿੰਡੋ 'ਚ ਹੁੰਦਾ ਤਾ ਉਹ ਲੱਗਿਆ ਵਾ ਵਾਲਪੇਪਰ, ਬਦਲਾਉਣਾ ਹੁੰਦਾ ਵਾ ਹੈਨਾ, ਨੀਲੇ 'ਚ ਬਦਲਾਉਣਾ। ਹਾਂ ਇਹ ਵੀ ਪੂਰੇ ਜਿਵੇਂ ਵਧੀਆ ਕੈਮਰਾ ਡਿਟੇਲਿੰਗ ਜੀ ਨਾਲ ਖਿੱਚੀ ਹੋਵੇ ਨਾ ਫੋਟੋ, ਉਦਾਂ ਦੇ ਵਿਊ ਆ ਇਹ। ਉਹਦੇ ਗੋਲ ਗੋਲ ਘੁੰਮੇ ਸੜਕ ਉਹ ਸਾਹਮਣੇ ਚਲੇ ਜਾਣੀ, ਯੂ ਏ ਮਾਰਤੀ ਆ ਉਹ ਤਾਂ ਹਾਈਵੇ ਦੇ ਉੱਤੇ ਜਮੀ ਇਹਨਾਂ ਨੇ, ਆਪਾਂ ਹਾਰਟ ਦੂਜੇ ਪਾਸੇ ਦੀ ਦੇਖ ਲਾ ਮੂਰੇ ਆ ਗਿਆ। ਹਾਂ ਵੀ ਇਹਦੇ ਪਰਲੇ ਪਾਸੇ ਦੇ ਕਿੰਨੀ ਸਨੋ ਪਈ ਆ, ਸਾਰਾ ਚਿੱਟਾ ਪਿਆ ਇਹ। ਹਾਂ ਰਸਤੇ ਦੇ ਵਿੱਚ ਥੋੜੀ ਜੀ ਹਾਈਵੇ ਦੀ ਕੰਸਟਰਕਸ਼ਨ ਚੱਲ ਰਹੀ ਹੈ, ਤਾਂ ਇੱਥੇ ਜਿਵੇਂ ਇਹ ਲਾਈਟਾਂ ਲਾਈਆਂ ਹੋਈਆਂ ਨੇ ਇਹਨਾਂ ਨੇ ਟੈਂਪਰੇਰੀ, ਇੱਧਰੋਂ ਅੱਗੇ ਉਹਨਾਂ ਦੀ ਆਊਗੀ ਕਾਰ, ਉਹ ਤਾਂ ਉਹ ਲੈ ਕੇ ਜਾਊਗੀ ਪਾਇਲਟ ਕਾਰ, ਅਤੇ ਉਦੋਂ ਹੀ ਇਹ ਲਾਈਟ ਆ ਜਿਹੜੀ ਗ੍ਰੀਨ ਕਰਨਗੇ, ਫਿਰ ਉਹ ਅੱਗੇ ਅੱਗੇ ਜਾਊ, ਉਹਦੇ ਪਿੱਛੇ ਪਿੱਛੇ ਜਾਣਾ ਪੈਣਾ। ਖਾਸਾ ਟਾਈਮ ਹੋ ਗਿਆ ਆਪਾਂ ਨੂੰ ਵੀ ਖੜਿਆਂ ਨੂੰ, ਪਰ ਇਸੇ ਬਹਾਨੇ ਆਪਾਂ ਨੂੰ ਲੱਤਾਂ ਸਿੱਧੀਆਂ ਕਰਨ ਦਾ ਮੌਕਾ ਮਿਲ ਗਿਆ। ਨਹੀਂ ਅੱਜ ਸਫ਼ਰ ਥੋੜ੍ਹਾ ਜਿਹਾ ਲੰਬਾ ਸੀਗਾ ਪਹਿਲਾ ਦਿਨ ਹੋਣ ਕਰਕੇ, ਕਾਫ਼ੀ ਖਿੱਚ ਕੇ ਹੀ ਆ ਰਹੇ ਸੀਗੇ ਆਪਾਂ, ਮਾੜਾ ਮੋਟਾ ਚਾਹ ਪਾਣੀ ਪੀਣ ਦੇ ਲਈ ਰੁਕੇ ਸੀਗੇ। ਉਹ ਸਾਹਮਣੇ ਆ ਰਹੀ, ਮੈਂ ਕਹਿੰਦਾ ਗੱਡੀ ਉਹ ਦੇਖੋ ਇੱਦਾਂ ਦੀ ਆ ਕਾਰ ਹੈਗੀ, ਜਿਵੇਂ ਇਹ ਆਊਗੀ ਉਹ, ਫਿਰ ਆਪਾਂ ਉਹਨੂੰ ਫੋਲੋ ਕਰਕੇ ਜਾਣਾ ਪੈਣਾ ਗਾ, ਇੱਧਰ ਟਰੱਕਾਂ ਦਾ ਕੰਮ ਚੱਲਦਾ ਉਹਨਾਂ ਕਰਕੇ ਇਹ ਵਨ ਵੇ ਟ੍ਰੈਫਿਕ ਕੀਤੀ ਹੋਈ ਹੈ। ਪਿੱਛੇ ਪਹਾੜਾਂ ਦਾ ਨਜ਼ਾਰਾ, ਖਾਸੀਆਂ ਗੱਡੀਆਂ ਦਾ ਲਾਈਨ ਅਪ ਹੋ ਗਿਆ ਆਪਣੇ ਪਿੱਛੇ ਵੀ ਜੀ। ਹਾਂ ਇੱਧਰ ਆਹ ਖੜੇ ਨੇ ਟਰੈਕਟਰ, ਹਾਂ ਮੈਸੀ ਹੈ
ਤੇ ਜੇ ਉੱਧਰ ਉਹ ਸ਼ੈੱਡ ਜਿਹੇ ਨੇ, ਉੱਧਰ ਉਹ ਘਰ ਆ ਕਿਸੇ ਦਾ, ਉਹ ਫਿਰਦੇ ਨੇ ਬੰਦੇ। ਇਹ ਯਾਰ ਦੇਖ ਲੈ ਨਾ ਕਿਵੇਂ ਵਿੱਚ ਵਿਚਾਲੇ ਜੀ ਬੈਠੇ ਨੇ, ਹੈ ਨਾ, ਕੀ ਕਰਦੇ ਹੋਣਗੇ ਇਹ? ਕੁਛ ਨਹੀਂ ਹੈਗਾ ਆਲੇ ਦੁਆਲੇ, ਹੈਂ ਆਲੇ ਦੁਆਲੇ ਮੈਂ ਕਿਹਾ ਦੇਖ ਲਾ ਕੁਛ ਨਹੀਂ ਹੈਗਾ ਇੱਥੇ। ਇਹ ਮੇਰੀ ਇੱਕ ਗੋਰੇ ਨਾਲ ਉਦਾਂ ਹੀ ਗੱਲ ਜੀ ਚੱਲਦੀ ਸੀਗੀ, ਜਿਵੇਂ ਉਦਾਂ ਹੀ ਗੱਲ ਜੇ ਗੱਲ ਤੁਰੇ, ਜਿਵੇਂ ਉਹ ਇਹਨਾਂ ਨੇ ਜਿਵੇਂ ਕੋਈ ਹੰਟਿੰਗ ਵਗੈਰਾ ਕਰ ਲਈ, ਇਹਨਾਂ ਨੇ ਤਾਂ ਉਹੀ ਖਾਣਾ, ਵੱਡੇ ਵੱਡੇ ਫ੍ਰੀਜ਼ਰ ਹੁੰਦੇ ਆ ਇਹਨਾਂ ਦੇ ਘਰਾਂ ਦੇ ਵਿੱਚ, ਇਹਨਾਂ ਨੇ ਉਹੀ ਸਟੋਰ ਕਰ ਲੈਣਾ ਤੇ ਐਵੇਂ ਫੂਡ ਜਮ੍ਹਾਂ ਕਰਕੇ ਰੱਖਦੇ ਹੈਗੇ ਇੱਥੇ। ਕੋਈ ਹਰਨ ਹੋਰਨ ਮਾਰ ਲਿਆ ਜਿਵੇਂ ਪੂਰਾ ਹੀ ਇਹਨਾਂ ਨੇ ਰੱਖ ਲੈਣਾ, ਗ੍ਰੋਸਰੀ ਹੋ ਗਈ ਫਿਰ ਦੋ ਤਿੰਨ ਮਹੀਨੇ ਦੀ ਇਕੱਠੀ ਹੋ ਗਈ, ਜਿਵੇਂ ਵੀ ਕਦੇ ਉਹਦੀ ਲੱਤ ਵੱਢ ਕੇ ਫਿਰ ਉਹ ਤਲ ਲਈ, ਕਦੇ ਕੁਛ ਹੋਰ ਕਦੇ ਕੁਛ ਹੋਰ, ਕਦੇ ਲੈਗ ਪੀ ਚੱਲ ਰਿਹਾ ਕਦੇ ਕੁਛ ਚੱਲ ਰਿਹਾ। ਲੈ ਵੀ ਗੱਡੀਆਂ ਆ ਗਈਆਂ, ਬੈਠੀਏ ਕਰਾਂ, ਉਹ ਮੋੜ ਲੈਣੀ ਉਹਨੇ ਯੂ ਟਰਨ, ਤੇ ਉਹ ਟ੍ਰੈਫਿਕ ਕਲੀਅਰ ਹੁੰਦੇ ਸਾਰੀ ਆਪਣੀ ਵਾਰੀ ਆ ਜਾਣੀ ਆ। ਉੱਧਰ ਕੀ ਚੱਲ ਗਿਆ? ਵੀ ਉਹਨਾਂ ਨਾਲ ਗੱਲ ਕਰਨ ਗਿਆ, ਉਹਦੇ ਪਿੱਛੇ ਵਾਲਾ, ਉਹਦੇ ਪਿੱਛੇ ਵਾਲਾ ਪਾਇਲਟ ਵਾਲਾ, ਉਹ ਤੁਹਾਨੂੰ ਪੁੱਛਣ ਗਿਆ ਕੁਛ, ਉਦੋਂ ਲਾਇਆ ਵੀ ਕਿੰਨਾ ਟਾਈਮ ਲੱਗ ਗਿਆ ਹੋਣਾ, ਟਾਪੂ ਜੀ ਦਾ ਪੈਕਟ ਜਿਹਾ ਮੁੱਕਣੇ ਵਾਲਾ ਦਾ ਮੇਰੇ ਕੋਲ, ਤੁਸੀਂ ਤਾਂ ਲਵੇ ਲਾਤਾ ਜਿਵੇਂ ਯਾਰ ਟਾਈਮ ਦੱਸ ਦੇ, ਵੀ ਇੰਨੀ ਬ੍ਰੇਕ ਹੈਗੀ ਸੀ ਵੀ ਤੁਸੀਂ ਇਹਦਾ ਪੈਕਟ ਮੁੱਕਣੇ ਵਾਲਾ ਵਾ। ਅੱਗੇ ਸ਼ੈਟੀਓ ਨਾਮ ਦਾ ਇੱਕ ਆਹ ਪਿੰਡ ਆਇਆ ਗਾ, ਉਹ ਕਿੱਡਾ ਸੋਹਣਾ ਨਜ਼ਾਰਾ, ਆਲੇ ਦੁਆਲੇ ਆ ਇੱਦਾਂ ਹੀ ਦੁਕਾਨਾਂ ਜਿਹੀਆਂ ਬਣੀਆਂ ਹੋਈਆਂ ਨੇ, ਬਹੁਤ ਪੁਰਾਣੀਆਂ ਨੇਗੀਆਂ ਸਾਰੀਆਂ ਬਿਲਡਿੰਗਾਂ। ਅਤੇ ਇੱਥੇ ਆਪਾਂ ਨਾਲੇ ਤੇਲ ਪਵਾਉਣ ਨੂੰ ਰੁਕੇ ਹਾਂ, ਕਾਫੀ ਦੇਰ ਬਾਅਦ ਪੰਪ ਦੇਖਣ ਨੂੰ ਮਿਲਿਆ ਗਾ, ਤੇ ਰੇਟ ਹੈਗਾ $3.35 ਨੂੰ ਗੇਲਣ। ਉਧਰ ਟਾਇਰਾਂ ਦੀ ਦੁਕਾਨ ਜਿਵੇਂ ਹੈ ਆਪਣੇ ਪਿੰਡ ਦੇ ਨਾ, ਸਾਡੇ ਉੱਥੇ ਹੁੰਦੀ ਸੀ ਐਵੇਂ ਵੜਦੇ ਸਾਰ ਟਾਇਰਾਂ ਜਿਹਾਂ ਦੀ ਦੁਕਾਨ ਜੀ, ਪਿੰਡ ਵਾਲਾ ਮਾਹੌਲ ਜਿਹਾ ਨਾ ਪੂਰੀ, ਹਰੇ ਬਾਈ ਵਧੀਆ ਹੋਈ ਹੋਈ ਆ। ਹਾਂ ਵੱਡੀ ਮਸ਼ੀਨਰੀ ਹੈ ਨਾ, ਖੇਤੀਬਾੜੀ ਵਾਲਾ ਮਸ਼ੀਨਰੀ ਹੁੰਦੀ ਹੈ ਇਹਨਾਂ ਕੋਲ ਜ਼ਿਆਦਾਤਰ, ਉਹੀ ਇਹਨਾਂ ਦਾ ਕਾਰੋਬਾਰ ਹੈਗਾ। ਤਾਂ ਗਲੀਆਂ ਜਾ ਰਹੀਆਂ ਨੇ ਸਾਰੇ ਪਾਸੇ ਨੂੰ ਜੀ, ਬਸ ਫਰਕ ਇਹ ਆ ਵੀ ਸ਼ਾਂਤੀ ਜੀ ਵਾਲਾ ਮਾਹੌਲ ਹੈਗਾ ਨਾਲ, ਪਰ ਦਰਖਤ ਹਰੇ ਬਾਈ ਬਹੁਤ ਜ਼ਿਆਦਾ ਹੈਗੀ ਸਾਰੇ। ਆ ਦੇਖ ਟਰੈਕਟਰ, ਮੰਨਿਆ ਜਾ ਛੋਟਾ ਹੈ ਪਰ ਦੇਖੋ ਪਿੰਡਾਂ ਦੇ ਵਿੱਚ ਫਿਰਦੇ ਕਿ ਨਹੀਂ, ਤੇਲ ਪਵਾਉਣ ਆਇਆ ਬਾਈ ਉਹ ਵੀ। ਹੈਲੋ ਹਾਰ ਯੂ ਗੁੱਡ, ਤੇ ਉਹ ਸਾਹਮਣੇ ਜਿਵੇਂ ਆਪਣੇ ਦਾਣਾ ਪੱਤਾ ਸਾਂਭਣ ਨੂੰ ਆਪਣੇ ਆਪਦੇ ਪ੍ਰਬੰਧ ਕੀਤੇ ਹੁੰਦੇ ਨੇ, ਇੱਥੇ ਦੇਖੋ ਇੱਥੇ ਵੀ ਕੱਪਾਂ ਵਾਂਗੂ ਬਣੇ ਹੋਏ ਨੇਗੇ। ਮਸ਼ੀਨਾਂ ਵਾਲਾ ਕੰਮ ਹੈ ਪਰ ਥੋੜ੍ਹਾ ਜਿਹਾ ਸਿਮੈਂਟਾਂ ਦੇ ਵੱਡੇ ਵੱਡੇ, ਉੱਦਾਂ ਹੀ ਲਿਫਟ ਜਾਂਦੀ ਹੈ ਉੱਪਰ ਦੇਖਣਾ, ਮੋਟਰ ਲਾਈ ਵੀ ਸਟੋਰੇਜ ਹੀ ਆ ਇਹ। Oh. Yeah, we came from Canada. Oh, okay. Yeah. We are going to Utah. Oh, that's nice, Brad. Yeah, yeah, we this, have some this is a good little town. Yeah, this is a good, yeah. We saw, like, so there was some construction going on the highway? Yeah. Yeah, so we expect to go around. You can go around, but you're going south. Yeah, going south. Yeah, yeah, we had to wait for the pilot car. If you want to go north, you can go. There's a highway just east of town. Okay. It goes north, and it goes about 18 miles north, and then it'll go 8 miles west through the town. Then we come back on the same. To bypass that construction, okay. Yeah. Yeah. Maybe when we can use it when we're coming back. Yeah. Good to know, sir. It's a beautiful town. Okay. Everything. Enjoy yourself. Take care. ਜਦੋਂ ਆਪਾਂ ਅਮਰੀਕਾ ਦੇ ਵਿੱਚ ਆਉਣ ਦੀ ਜਾਂ ਗੱਲ ਕਰਦੇ ਨਾ, ਬੰਦੇ ਕਹਿੰਦੇ ਆ ਕਿ ਜਿਵੇਂ ਕੈਨੇਡਾ ਦੇ ਲੋਕ ਨੇ ਜਿਹੜੇ ਉਹ ਬਹੁਤ ਜ਼ਿਆਦਾ ਪੋਲਾਈਟ ਨੇ, ਪਰ ਅਮੈਰੀਕਾ ਵਾਲੇ ਕਹਿੰਦੇ ਜਾਂਦੇ ਕਿ ਥੋੜੇ ਜਿਹੇ ਰੇਸਿਸਟ ਵੀ ਕਹਿ ਦਿੰਦੇ ਨੇ ਹਨਾ ਬੰਦੇ ਵੀ, ਕਿ ਰੇਸਿਸਟ ਹੈਗੇ ਨੇ ਰੂਡ ਜਾਂ ਰੇਸਿਸਟ, ਹਾਂ ਵੀ ਥੋੜੇ ਰੂਡ ਜਿਹੇ ਨੇ ਵੀ ਆਪਦੇ ਬਾਹਲਾ ਮਾਣ ਜਿਹਾ ਕਰਦੇ ਨੇ ਅਮਰੀਕਾ ਦੇ ਵੀ ਅਸੀਂ ਹੈਗੇ ਹਾਂ।
ਤੇ ਪਰ ਜਿੰਨਾ ਕੁ ਆਪਣਾ ਐਕਸਪੀਰੀਅੰਸ ਰਿਹਾ ਪਹਿਲਾਂ ਸਾਨੂੰ ਉੱਥੇ ਬਾਰਡਰ ਦੇ ਉੱਤੇ ਜਿਹੜੇ ਸੀਗੇ ਬਾਰਡਰ ਆਫਿਸਰ ਅਮੈਰੀਕਾ ਵਾਲੇ ਉਹ ਵੀ ਬੜੇ ਨਾਈਸ ਸੀਗੇ, ਬਹੁਤ ਵਧੀਆ ਉਹਨਾਂ ਨਾਲ ਗੱਲਬਾਤ ਹੋਈ। ਤੇ ਆਹ ਵੀ ਬਜ਼ੁਰਗ ਉੱਦਾਂ ਤੇਲ ਪਵਾਉਣ ਆ ਰਿਹਾ ਸੀਗਾ ਆਪਦੇ ਟਰੈਕਟਰ ਦੇ ਉੱਤੇ, ਉਹਨੇ ਆਪ ਹੀ ਬੁਲਾਇਆ ਸਾਨੂੰ ਤੇ ਵਧੀਆ ਗੱਲਾਂ ਬਾਤਾਂ ਰਸਤਾ ਰੁਸਤਾ ਸਮਝਾਇਆ। ਕਹਿੰਦਾ ਕੰਸਟਰਕਸ਼ਨ ਤੋਂ ਜੇ ਬਚਣਾ ਹੋਇਆ ਵੀ ਇੱਧਰ ਦੀ ਲੰਘ ਜਾਓ, ਜਿੱਥੇ ਆਪਾਂ ਉਹ ਰੋਟੀ ਖਾਧੀ ਖੜ ਕੇ ਵਿਊ ਪੁਆਇੰਟ ਜੇ ਪਰ ਉੱਥੇ ਵੀ ਦੋ ਗੱਡੀਆਂ ਵਾਲੇ ਆਏ ਉਹ ਸਾਰੇ ਜਿਵੇਂ ਹੈਲੋ ਹਾਈ ਕਰਕੇ ਗਏ ਨੇ। ਹਾਂ ਵੀ ਲਾਈਕ ਡਿਪੈਂਡ ਕਰਦਾ ਹਰ ਤਰ੍ਹਾਂ ਦੇ ਬੰਦੇ ਜੇ ਹੁੰਦੇ ਹੈਗੇ ਹਨਾ, ਪਰ ਸਾਰੇ ਉਹ ਨਹੀਂ ਹੁੰਦੇ ਹੈਗੇ, ਕਈ ਵਾਰੀ ਆਪਣਾ ਤਜਰਬਾ ਇਹੋ ਜਿਹਾ ਰਹਿ ਜਾਂਦਾ ਕੋਈ। ਪਰ ਪਿੰਡ ਸੋਹਣਾ ਜੀ ਹਨਾ, ਬਹੁਤ ਸੋਹਣਾ, ਗ੍ਰੇਟ ਫਾਲਸ ਨੂੰ ਆ ਪਿੰਡਾਂ ਦੇ ਵਿੱਚ ਹੀ ਦੇਖ ਚੌਂਕ ਬਣੇ ਹੋਏ ਨੇ ਸਰਕਲ, ਇੱਧਰ ਦੇਖ ਆ ਵੀ ਕਿੰਨੀ ਗ੍ਰੀਨਰੀ ਆ ਹਨਾ, ਗਲੀਆਂ ਦੇ ਵਿੱਚ ਦੇਖ ਦਰਖਤ ਕਿੰਨੇ ਸੋਹਣੇ ਯਾਰ, ਵੱਡੇ ਵੱਡੇ ਬਾਹਵਾ ਪੁਰਾਣੇ ਦਰਖਤ ਨੇ, ਜਿਵੇਂ ਇੱਧਰ ਆਪਾਂ ਦੇਖੇ ਯਾਰ ਦਰਖਤ ਕਿੰਨੇ ਹੌਲੀ ਵੱਧਦੇ ਨੇ, ਇਹ ਤਾਂ ਬਾਹਲੇ ਜ਼ਿਆਦਾ ਪੁਰਾਣੇ 30-30 ਸਾਲ ਪੁਰਾਣੇ ਦਰਖਤ ਹੋਣੇ ਆ ਇਹ। ਬਾਬੇ ਨੇ ਕਿਹਾ ਨਹੀਂ, ਕਹਿੰਦਾ ਕਹਿੰਦਾ ਨਾਈਸ ਸਮਾਲ ਵਿਲੇਜ। ਮਾਬੇ ਦਾ ਕਿਵੇਂ ਅਮਰੀਕਾ ਦੇ, ਮਾਬੇ ਦਾ ਹੋਮ ਟਾਊਨ ਸੀ ਨਾ। ਹਾਂ ਇੰਨੇ ਇੱਥੇ ਮੈਨੂੰ ਲੱਗਦਾ ਆਪਾਂ ਹੋਟਲ ਦੇਖ ਰਹੇ ਸੀ ਹਨਾ ਪਹਿਲਾਂ, ਉਹ ਪੁਲਿਸ ਵਾਲਾ ਖੜਾ ਲੱਗਦਾ ਮੂਰੇ। ਹਾਂ ਹੌਲੀ ਹੀ ਚੱਲੋ ਆਪਣੀ ਤਾਂ 30-35 ਆਪਣੇ ਪਿੱਛੇ ਗਏ ਬਾਈ, ਪਿੰਡਾਂ ਦੇ ਵਿੱਚ ਵੀ ਪੁਲਿਸ ਦੇਖ ਲਓ ਹੈ, ਛੋਟਾ ਜਿਹਾ ਟਾਊਨ ਆਇਆ ਸੀ ਯੂਜ਼ਲੀ ਜਿਵੇਂ ਇੱਥੇ ਆ 35 ਦੀ ਸਪੀਡ ਹੈਗੀ, ਆਹ ਖੜਾ ਹੈਗਾ ਉਹ ਮੈਨੂੰ ਲੱਗਦਾ ਦੂਜੇ ਪਾਸੇ ਵਾਲਿਆਂ ਨੂੰ ਉਹ ਕਰੂਗਾ ਲਾਈ ਰਡਾਰ ਹਨਾ। ਹਲਕੀ ਜੀ ਪਲੇਨ ਜੀ ਹੁੰਦੀ ਜਾਂਦੀ ਆ ਲੈਂਡ, ਥੋੜਾ ਬਹੁਤਾ ਉੱਚਾ ਨੀਵਾ ਹੈਗਾ ਪਰ ਇੰਨਾ ਕੁ ਤਾਂ ਚਲੋ ਇੱਥੇ ਦੀ ਧਰਤੀ ਹੈਗੀ, ਪਰ ਖੇਤੀਬਾੜੀ ਦਾ ਖਾਸਾ ਪ੍ਰਭਾਵ ਹੈ ਇੱਧਰ ਨੂੰ, ਥਾਂ ਥਾਂ ਦੇ ਉੱਤੇ ਪਾਣੀ ਲਾਉਣ ਵਾਲੀਆਂ ਉਹ ਵੱਡੇ ਵੱਡੇ ਜਿਹੜੇ ਹੁੰਦੇ ਆ ਇਹਨਾਂ ਦੇ ਨਾ ਪਾਈਪ ਜੇ, ਉਹ ਪੂਰੇ ਦੇ ਪੂਰੇ ਖੇਤਾਂ ਨੂੰ ਏਦਾਂ ਹੀ ਕਈ ਕਿੱਲਿਆਂ ਨੂੰ ਪਾਣੀ ਇਕੱਠਾ ਹੀ ਲਾ ਦਿੰਦੇ ਨੇ, ਉਹ ਬੜੇ ਚੱਲਦੇ ਇੱਧਰ ਨੂੰ ਦਿਖੇ ਨੇ, ਖੇਤ ਸੋਹਣੇ ਨੇ ਆਲੇ ਦੁਆਲੇ ਨੂੰ ਪਾਸੇ ਕੁਛ ਨਾ ਕੁਛ ਬੀਜਿਆ ਹੋਇਆ, ਪਤਾ ਤਾਂ ਪਤਾ ਨੀ ਕੀ ਹੈਗਾ, ਕਣਕ ਜੀ ਲੱਗੀ ਸੀ ਇੱਕ ਦੋ ਥਾਵਾਂ ਤੇ ਤਾਂ ਪਤਾ ਨੀ ਵਿੱਚ ਵਿੱਚ ਕਿਸੇ ਕੁਛ ਹੋਰ ਹੀ ਆ ਜਾਂਦਾ, ਕਿਤੇ ਕਹਿੰਦਾ ਮੇਥੇ ਜੇ ਲੱਗੇ, ਕਿਤੇ ਕਿਤੇ ਐਂ ਲੱਗਦਾ ਵੀ ਜਿੱਕਣ ਹਰਾ ਚਾਰਾ ਜਿਹਾ ਬੀਜਿਆ ਹੋਇਆ। ਕੰਸਟਰਕਸ਼ਨ ਇੱਧਰ ਨੂੰ ਥਾਂ ਥਾਂ ਤੇ ਇਹੀ ਚੱਲਦੀ ਆ, ਇੱਥੇ ਫੇਰ ਫਲੈਗ ਮੈਨ ਆ ਉਹ ਕਹਿੰਦਾ ਬਾਈ ਵੇਟ ਕਰੋ ਕਾਰ ਦੀ, ਸੋ ਆਪਾਂ ਹੁਣ ਇੱਥੇ ਫੇਰ ਵੇਟ ਕਰ ਰਹੇ ਹਾਂ। ਹਾਈਵੇ 15 ਬਸ ਫੇਰ ਹਾਈਵੇ ਆਪਾਂ ਦਾ ਮੇਨ ਹਾਈਵੇ 15 ਹੁਣ 287 ਹਾਂ, ਉਹ ਤਾਂ ਹਾਈਵੇ 15 ਸੱਜੇ ਨੂੰ ਮੁੜਨਾ ਆਪਾਂ ਨੇ, ਬਸ ਫਿਰ ਉਹੀ ਆਪਣਾ ਦੋਏ ਮੇਨ ਉਹ ਹੈ, ਆ ਬਸ ਲਾਈ ਰੱਖੋ ਡਾਇਰੈਕਸ਼ਨ ਜੀ, ਇਹ ਤਾਂ ਚੱਲ ਤੇ ਦੇਖੀ ਆ ਪਿੰਡ ਜੀ ਯਾਰ, ਜਮੀ ਸ਼ਾਂਤ ਪੈ ਨੇ ਹਨਾ, ਹਾਂ ਉਹਦਾ ਬਾਹਲਾ ਹੀ ਸ਼ਾਂਤ ਹੈ ਪਿੰਡ ਜੀ, ਘਰ ਦੇ ਰੈਂਟ ਰੈਂਟ ਤੇ ਆ ਘਰ, ਇੱਥੇ ਵੀ ਰੈਂਟ ਤੇ ਲੈਂਦੇ ਹੋਣਗੇ ਯਾਰ ਪਿੰਡਾਂ 'ਚ ਵੀ ਲੋਕ, ਇੱਥੇ ਵੀ ਕਿਰਾਇਆਂ ਦੇ ਉੱਤੇ ਯਾਰ ਰਹਿੰਦੇ ਨੇ, ਦੱਸ ਆਰਬੀਆਂ ਦੇ ਬਹੁਤ ਆ, ਆਰਬੀਆਂ ਦਾ ਇਹਨਾਂ ਕੋਲੇ ਥਾਂ ਥਾਂ ਖੜੀਆਂ ਨੇ ਕੱਲਾ ਹੀ ਆ, ਹਾਂ ਜਿਵੇਂ ਵੀ ਜਿਹੜੇ ਕੰਸਟਰਕਸ਼ਨ ਵਗੈਰਾ ਵਾਲੇ ਇਕੇ ਹੋਣਗੇ ਇਹਨਾਂ ਲਈ ਹੋ ਸਕਦਾ, ਜਿਵੇਂ ਜਿਹੜੇ ਸ਼ਹਿਰ ਸ਼ੂਰ 'ਚ ਰਹਿੰਦੇ ਆ ਲੋਕ ਹੈ ਨਾ, ਹਾਂ ਉਹਨਾਂ ਦਾ ਉਹ ਵੀ ਹੁੰਦਾ ਨਾ ਵੀ ਜਿਵੇਂ ਵੀ ਉਰੇ ਲੱਤੀ ਹੋਈ ਪ੍ਰੋਪਰਟੀ ਕਿਤੇ ਜਾਂਦਾ ਵੀ ਉਰੇ ਵੀ ਵੈਕੇਸ਼ਨ ਹਾਊਸ, ਵੈਕੇਸ਼ਨ ਹਾਊਸ ਟਾਈਪ, ਹੂੰ ਇਹ ਹੁੰਦਾ, ਹਾਂ ਪਹਾੜਾਂ ਦੇ ਨੇੜੇ ਆ ਨਾ ਕਿਉਂਕਿ ਆ ਪਿੰਡ ਦੇ ਬਿਲਕੁਲ ਨਾਲ ਪਹਾੜ ਨੇ ਸਾਰੇ ਪਾਸੇ, ਜਾਂ ਵੈਕੇਸ਼ਨ ਹਾਊਸ ਹੋ ਸਕਦਾ ਹੈਗਾ। ਲੈ ਜੀ
ਬਈ ਮੈਂ ਕਿਹਾ ਲੈਂਡਸਕੇਪ ਦੇਖ ਨਾ ਕਿੰਨੀ ਵਧੀਆ ਅੱਗੇ ਨੂੰ ਹੋ ਗਈ। ਜਿਵੇਂ ਯੂਰਪ ਦੇ ਵਿੱਚ ਆਪਾਂ ਜਾਂ ਸਵਿਟਜ਼ਰਲੈਂਡ ਵਾਲਾ ਉਹੀ ਲੈਂਡਸਕੇਪ ਹੈ, ਉੱਥੇ ਥੋੜ੍ਹੀ ਜਿਹੀ ਹਰਿਆਲੀ ਮਿਲਣਾ ਤਾਂ ਇਹਦੇ ਨਾਲੋਂ ਜ਼ਿਆਦਾ ਹੋਣੀ ਹੈ ਨਾ, ਥੋੜ੍ਹਾ ਜਿਹਾ ਹਰਾ ਰੰਗ ਪਾਉਣੇ ਵਾਲਾ, ਬਾਕੀ ਤਾਂ ਸੇਮ ਉਹੀ। ਹਾਂ ਕਿਉਂਕਿ ਥੋੜ੍ਹਾ ਜਿਹਾ ਇੱਧਰ ਨੂੰ ਖੁਸ਼ਕ ਜਿਹਾ ਰਹਿੰਦਾ ਨਾ, ਜ਼ਿਆਦਾ ਠੰਡ ਦੀ ਮਾਰ ਪਈ ਰਹਿੰਦੀ ਹੈ। ਜਿੰਨੇ ਕਿਹੜੇ ਉੱਪਰ ਬੱਦਲ ਹੈ ਉੱਥੇ ਛਾਵਾਂ ਜੀ, ਉਹ ਜੇ ਧੁੱਪ ਜੀ ਉੱਤੇ ਆ ਰਹੀ ਚਮਕਦੀ ਉਹ ਸਾਈਡ ਦੀ ਖੂਬਸੂਰਤ ਪਹਾੜਾਂ ਨੂੰ ਦੇਖਦੇ ਦਿਖਾਉਂਦੇ ਆਪਾਂ ਪਹੁੰਚ ਗਏ ਜੀ ਬਿਊਟ ਸਿਟੀ ਦੇ ਵਿੱਚ। ਥੋੜ੍ਹਾ ਜਿਹਾ ਮਸਲਾ ਉਲਝ ਗਿਆ ਕਿ 62 ਕਾਲੀ ਦੇ ਵਿੱਚ ਤਾਰ ਚੱਕ ਲਿਆ ਏ, ਥੋੜ੍ਹੀ ਜਿਹੀ ਪੁਰਾਣੀ, ਅਤੇ ਹੁਣ ਜਿਵੇਂ ਆਪਣਾ ਸਾਰਾ GPS ਵਗੈਰਾ ਇਹਨਾਂ ਦਾ ਹੀ ਕਨੈਕਸ਼ਨ ਕਰਿਆ ਹੋਇਆ ਹੈਗਾ, ਅਤੇ ਫੋਨ ਆਲਮੋਸਟ ਬੰਦ ਹੋਣ ਦੇ ਕਿਨਾਰੇ ਹੀ ਆ ਪਹੁੰਚਿਆ। ਉਹ ਜਿਹੜੀ ਤਾਰ ਹੈ ਉਹ ਚਾਰਜ ਹੀ ਨਹੀਂ ਕਰ ਰਹੀ, ਉਹ ਚੱਕਰ ਪਤਾ ਨਹੀਂ ਕੀ ਆ, ਪਲੱਗ ਲੱਗ ਜਾਂਦਾ ਪਰ ਚਾਰਜ ਨਹੀਂ ਕਰਦਾ ਹੈਗਾ। ਸੋ ਆਪਾਂ ਇੱਥੇ ਆ ਵਾਲਮਾਰਟ 'ਤੇ ਆ ਕੇ ਰੁਕੇ ਹਾਂ। ਬਹੁਤ ਸੋਹਣਾ ਸ਼ਹਿਰ ਹੈ ਵੀ ਬਿਊਟ, ਇਹਦੀ ਵੀ ਇੱਕ ਪਤਾ ਨਹੀਂ ਉੱਥੇ ਇਹ ਲਿਖਿਆ ਹੋਇਆ ਸੀਗਾ ਤਾਂ, ਹਾਂਜੀ, ਕਿ ਰਿਚੈਸਟ ਹਿੱਲ ਔਨ ਅਰਥ ਕਹਿੰਦੇ ਨੇ ਇਹਨੂੰ। ਉਹੀ ਸਾਹਿਬ ਇੱਦਾਂ ਗੱਲ ਹੈ ਵੀ ਚਾਹੇ ਆਪਾਂ ਬਹਾਨੇ ਨਾਲੇ ਖੜੇ, ਹਾਂ, ਪਰ ਇਹ ਵਧੀਆ ਹੋ ਗਿਆ ਆਪਣਾ ਇੱਥੇ ਸਟਾਪ ਲੱਗ ਗਿਆ। ਹਾਂ ਜਿਹੜੇ ਆਪਾਂ ਪਿੱਛੇ ਦੇ ਪਿੱਛੇ ਦੇਖੀਏ ਨਾ ਸਾਰੇ ਪਾਸੇ ਇਹ ਪਹਾੜਾਂ ਨਾਲ ਘਿਰਿਆ ਹੋਇਆ। ਹਾਂ ਤੇ ਇੱਥੇ ਜਿਹੜੀ ਮਾਈਨਿੰਗ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ। ਜਿਹੜੇ ਮੇਨ ਆਪਾਂ ਕਹੀਏ ਵੀ ਸਭ ਤੋਂ ਮਹਿੰਗੇ ਧਰਤੀ ਦੇ ਮਿਨਰਲ ਨੇ ਸੋਨਾ, ਚਾਂਦੀ ਤੇ ਤਾਂਬਾ, ਉਹ ਬਹੁਤ ਜ਼ਿਆਦਾ ਇੱਥੇ ਨਿਕਲਦਾ। ਜੇ ਪਿੱਛੇ ਆਪਾਂ ਉਹ ਦੇਖੀਏ ਵੀ ਇਹਦਾ ਚਮਕ ਰਹੇ ਪਹਾੜ ਹੈ ਸਾਰੇ ਮਾਈਨਿੰਗ ਕਰਕੇ ਹੋਏ ਹੋਏ ਆ। ਅੱਛਾ, ਇੱਕ ਗੱਲ ਦੇਖੋ ਹੁਣ ਜਿਹੜਾ ਇੱਧਰਲੇ ਪਾਸੇ ਤਾਂ ਬਰਫ਼ ਪਈ ਹੋਈ ਆ ਪਹਾੜਾਂ ਦੇ ਉੱਤੇ, ਵਿੱਚ ਆਹ ਥੋੜ੍ਹੇ ਜਿਹੇ ਹਰਿਆਲੀ ਜਿਹੀ ਵਾਲੇ ਆ ਗਏ, ਇੱਧਰ ਨੂੰ ਜਮੀ ਰੇਤਾ ਜਿਹਾ ਹੀ ਹੋ ਗਿਆ ਨਾ, ਲਾਲ ਜੇ ਪਹਾੜ। ਇਸੇ ਸ਼ਹਿਰ ਦੇ ਆਲੇ ਦੁਆਲੇ ਸਾਰਾ ਲੈਂਡਸਕੇਪ ਘੁੰਮ ਗਿਆ। ਹਾਂ ਨਹੀਂ, ਬਹੁਤ ਵਧੀਆ ਸ਼ਹਿਰ ਹੈ ਜੀ ਇਹ। ਨਹੀਂ ਸੋਹਣਾ ਸਟਾਪ ਲੱਗ ਗਿਆ ਸ਼ਹਿਰ ਦੇ ਵਿੱਚੋਂ ਵੀ, ਜਿਵੇਂ ਹਾਈਵੇ ਤੋਂ ਜਦੋਂ ਆਪਾਂ ਐਗਜ਼ਿਟ ਕੱਢ ਕੇ ਸ਼ਹਿਰ ਦੇ ਵਿੱਚੋਂ ਵੀ ਗੇੜਾ ਮਾਰ ਕੇ ਆਏ ਆ, ਜਿਵੇਂ ਸੜਕਾਂ ਸੁੜਕਾਂ ਵੀ ਤੇ ਹੋਰ ਆਲਾ ਦੁਆਲਾ ਸਾਰਾ ਬਹੁਤ ਵਧੀਆ ਜਿਵੇਂ ਮੇਨਟੇਨ ਕਰਿਆ ਹੋਇਆ, ਰਿਚਰ ਸ਼ਹਿਰ ਵਾਲੀ ਫੀਲਿੰਗ ਆਉਂਦੀ ਹੈ ਫਿਰ। ਹਾਂ ਨਹੀਂ ਵੀ ਬਹੁਤ ਵਧੀਆ ਹੈਗਾ। ਸੋ ਚਲੀਏ ਫਿਰ ਆਪਾਂ ਸਮਾਨ ਸਮੂਨ ਥੋੜਾ ਜਿਹਾ, ਇੱਥੋਂ ਹੁਣ ਵੱਡਾ ਸ਼ਹਿਰ ਇਹੀ ਆਇਆ ਹੈਗਾ। ਨਹੀਂ ਨਾਲ ਹੁਣ ਆਏ ਗੱਲ ਹੋ ਗਈ ਨਾ ਕਵਰ ਅਪ, ਹੁਣ ਮੇਰੀ ਤਾਰ ਵਾਲੀ ਗੱਲ ਵੀ ਥੋੜੀ ਠੰਡੀ ਪੈ ਜੂਗੀ, ਨਹੀਂ ਮੇਰੀ ਤਾਰ ਵਾਲੀ ਗੱਲ ਦਾ ਮੁੱਦਾ ਬਣ ਜਾਣਾ ਤਾਂ ਬਹੁਤ ਵੀ ਤਾਰ ਕਰਕੇ ਕੱਢਣਾ ਪੈ ਗਿਆ, ਹੋਰ ਹੁਣ ਟਾਈਮ ਖਰਾਬ ਹੋ ਰਿਹਾ ਸੀਗਾ। ਨਹੀਂ ਚਲੋ ਆ ਜਾਓ, ਗਰੋਸਰੀ ਲਈ ਮਾੜਾ ਲੌਕ ਕਰ ਦਿਓ ਗੱਡੀ। ਹਾਂਜੀ, ਗੱਲ ਦੇਖੋ ਵੀ ਜਿੱਦਾਂ ਦਾ ਹਨਾ ਲੋਕੇਸ਼ਨ ਹੈਗੀ ਵਾਲਮਾਰਟ ਦੀ, ਵਾਲਮਾਰਟ ਵਾਲਿਆਂ ਨੇ ਵੀ ਦੇਖੋ ਕਿਸ਼ਤੀਆਂ ਹੀ ਮੂਹਰੇ ਰੱਖੀਆਂ ਹੋਈਆਂ ਨੇ ਵੀ ਵੀ ਹੌਟ ਸੈਲਿੰਗ ਪ੍ਰੋਡਕਟ ਇਹੀ ਹੈ ਇੱਕ ਨਾ ਗਰਮੀਆਂ ਦੇ ਵਿੱਚ ਹਨਾ। ਹਾਂ, ਕਿਉਂਕਿ ਜਿੰਨੀਆਂ ਲੇਕਾਂ ਹੈ ਪਾਣੀ ਪੂਣੀ ਚੱਲਦਾ ਹੈ, ਕੈਕਿੰਗ ਕਰਨ ਵਾਸਤੇ ਬਾਹਰ ਹੀ ਚੱਕੋ ਅਟਰੈਕਸ਼ਨ। ਬਸ ਬਸ ਬਈ, ਜਿਹੜੀ ਗੋਰਿਆਂ ਵਾਲੀ ਗੱਲ ਆ ਉਹ ਤਾਂ ਝੂਠੀ ਨਿਕਲ ਗਈ ਅਮਰੀਕਾ ਵਾਲਿਆਂ ਦੀ। ਵਾਲਮਾਰਟ ਆਪਾਂ ਬੜੇ ਜਿੰਨੇ ਕੁ ਵੀ ਬੰਦੇ ਮੂਹਰੇ ਆਏ ਨੇ, ਹਰ ਉਮਰ ਦਾ ਬੁੜਾ ਤੋਂ ਲੈ ਕੇ ਬੱਚੇ ਤੱਕ, ਬੜਾ ਜਿਹਾ ਬਈ ਜਿਵੇਂ ਮੂਹਰੇ ਆ ਜਾਂਦਾ ਸੀ ਤਾਂ ਹਰੇਕ ਸੋਰੀ ਥੈਂਕ ਯੂ, ਸੋਰੀ ਥੈਂਕ ਯੂ ਚੱਲੇ ਆ ਵੀ, ਇਕੱਲਾ ਸੋਰੀ ਥੈਂਕ ਯੂ ਜਿਵੇਂ ਕਹਿੰਦੇ ਨੇ ਨਾ ਕਨੇਡਾ ਵਾਲੇ ਪਹਿਲਾਂ ਕਰਦੇ ਨੇ। ਨਹੀਂ ਬਾਈ ਵੀ ਜਿਵੇਂ ਉਹੀ ਆਪਦਾ ਐਕਸਪੀਰੀਅੰਸ ਹੈ, ਸੋ ਫਾਰ ਕੋਈ ਏਦਾਂ ਦੀ ਗੱਲ ਨਹੀਂ ਲੱਗੀ। ਜਿਵੇਂ ਆਪਾਂ ਜਿਹੜਾ ਇਹ ਵਾਲਮਾਰਟ 'ਚ ਗਏ ਸੀਗੇ ਸਾਰਾ ਜਿਵੇਂ ਗੋਰਿਆਂ ਵਾਲਾ ਹੀ ਏਰੀਆ ਸੀਗਾ ਸਾਰਾ, ਪਰ ਕੋਈ ਵਧੀਆ ਨਹੀਂ, ਬੜਾ ਹੱਸ ਖੇਡ ਕੇ ਬੋਲਦੇ ਆ ਸਾਰੇ। ਹਾਂ,
ਤੇ ਬਾਕੀ ਮਨਮੋਹਨ ਮਾਰਸ ਉਹਨਾਂ ਨੇ ਸੋਹਣੀ ਰੌਣਕ ਲਾ ਕੇ ਰੱਖੀ ਹੈਗੀ ਪਿਛਲੇ ਇੱਥੇ ਸਫ਼ਰ ਦੇ ਵਿੱਚ ਹੁਣ, ਤੇ ਆਪਾਂ ਇਡਾਹੋ ਦੇ ਵਿੱਚ ਆ ਵੜੇ ਜੀ। ਤੇ ਲੈਂਡਸਕੇਪ ਹੈ ਯਾਰ ਵੀ ਅਸਬਾ ਕਮਾਲ ਹੀ ਹੈ, ਬੱਚੀ ਜਾਂਦਾ ਨਾ ਆਪਣੇ ਆਪ ਨੂੰ। ਹਾਂ ਕਲਾਕਾਰੀ ਹੈ, ਦੇਖੋ ਇੱਥੇ ਬਿਲਕੁਲ ਨੇੜੇ ਸੀਗਾ ਰੋਡ ਦੇ ਉੱਤੇ ਨਾ, ਫੁਹਾਰਾ ਸਿਸਟਮ ਪਾਣੀ ਲੱਗ ਰਿਹਾ ਪੂਰਾ। ਤੇ ਇਹ ਵੀ ਇੱਥੇ ਦੇਖਿਆ ਇੱਕ ਜਗ੍ਹਾ ਤੇ, ਕੋਈ ਜਗ੍ਹਾ ਆਈ ਸੀਗੀ ਉੱਥੇ ਦੇਖਿਆ ਸੀ, ਮੈਂ ਇਹਦੇ ਵਿੱਚ ਹੀ ਗਾਵਾਂ ਚਰ ਰਹੀਆਂ ਸੀ। ਸੋ ਇਹ ਚਾਰਾ ਬੀਜਿਆ ਹੋਇਆ ਇਹਨਾਂ ਦਾ, ਮਿਕਸ ਜਿਹਾ ਕਰਕੇ ਕਰਿਆ ਹੋਇਆ ਨਾ ਸਾਰਾ ਤਰ੍ਹਾਂ ਦਾ ਸਮਾਨ ਜਿਹਾ। ਇੱਧਰ ਵੀ ਆਹੀ ਲੱਗੇ ਨੇ, ਹਾਂ ਇੱਧਰ ਆ ਸਾਰੇ ਕਿਤੇ। ਉਹ ਦੇ ਰੇਨਬੋ ਬਣੀ ਹੋਈ ਆ ਉਹਦੇ ਫਹਾਰਿਆਂ ਦੇ ਵਿੱਚ, ਉੱਥੇ ਦੇਖੋ। ਹਾਂ ਇੱਧਰ ਆ ਸਾਰੇ ਪਾਸੇ ਇਹੀ ਚੱਲ ਰਿਹਾ। ਕਿਹੜਾ ਉਹ ਸਾਹਮਣੇ, ਉਹ ਸਾਹਮਣੇ ਵਾਲਾ ਘਰ? ਹਾਂ ਉਹਨਾਂ ਦਾ ਹੀ ਸਿਸਟਮ ਜਿਹਾ ਲੱਗਦਾ ਇਹ, ਵਿੱਚ ਵਿੱਚ ਜਿਹੜੀ ਪੱਧਰੀ ਜੀ ਲਾਈਨ ਹੈਗੀ। ਹਾਂ ਉੱਥੇ ਵਧੀਆ ਇਹ ਕਰਦੇ ਨੇ ਖੇਤੀ ਖੁਤੀ ਆਪਦੀ, ਹੈ ਨਾ ਪੱਧਰੀ ਜੀ ਧਰਤੀ ਦੇ ਵਿੱਚ। ਜਦੇ ਆਪਾਂ ਹੁਣ ਜਿਵੇਂ ਵਾਲਮਾਰਟ ਤੋਂ ਨਿਕਲੇ ਆ ਉਧਰੋਂ, ਹਾਂ ਉਹੀ ਬਾਕ ਮੇਨ ਸਿਟੀ ਆਈ ਆਪਾਂ ਨੂੰ ਆਈ ਹੈ ਮੋਂਟਾਨਾ 'ਚ, ਉਦੋਂ ਹੁਣ ਆਪਾਂ ਡਾਹੋ ਵੀ ਐਂਟਰ ਹੋ ਗਏ, ਹੈ ਨਾ। ਹਾਂ ਇੱਧਰ ਨੂੰ ਟ੍ਰੈਫਿਕ ਜੀ ਘੱਟ ਗਈ ਹੈ ਨਾ ਥੋੜ੍ਹੀ ਜਿਹੀ, ਜਮਾਂ ਤਗਲਾ ਕੁਛ ਨਹੀਂ ਹੈਗਾ। ਜੇ ਆਪਾਂ ਜਮਾਂ ਚੁੱਪ ਕਰਕੇ ਦੇਖੋ ਆਹਦੇ, ਇਹਦਾ ਬਸ ਸਨਾਟਾ ਜਿਹਾ ਛਾਇਆ, ਬਸ ਪਾਣੀ ਦਾ ਖੜਕਾ ਸੁਣ ਰਿਹਾ ਗੱਲਾਂ ਇਹਨਾਂ ਦਾ, ਹੈ ਨਾ। ਕਿਆ ਸ਼ਾਂਤੀ ਹੈ ਯਾਰ ਜਮਾਂ ਹੀ, ਹੈ ਨਾ। ਇਹ ਤਾਂ ਕੁਛ ਸਾਲਾ ਰੱਪਾ ਜਮਾਂ ਨਹੀਂ ਪੈ ਰਿਹਾ ਕੋਈ। ਚਲੀਏ, ਹੋ ਗਈਆਂ ਲੱਤਾਂ ਸਿੱਧੀਆਂ। ਆਹ ਦੇਖ ਜਿਹੜਾ ਇੱਧਰ ਅੱਗੇ ਹੋਰ ਖੇਤ ਆਇਆ ਸੀਗਾ, ਇਹਦੇ ਵਿੱਚ ਕਿੰਨੇ ਹੀ ਫੁਹਾਰੇ ਲੱਗੇ ਹੋਏ ਨੇ। ਸੋ ਜੀ ਸਟਾਪ ਸੈਨ ਨਾ ਹੋਵੇ, ਗੱਡੀ ਪਹਾੜ ਪਰੇ ਚੜ ਜਾਵੇ। ਹਾਂ ਮੈਨੂੰ ਤਾਂ ਲੱਗ ਰਿਹਾ ਸੀ ਜਿਵੇਂ ਸੜਕ ਜੀ ਆਈ ਸੀ, ਵੀ ਮੈਂ ਕਿਹਾ ਪਹਾੜ ਦੀ ਚੜ ਦੀ ਗੱਡੀ। ਸੋ ਇੱਕ ਦੇਖ ਹੈ ਨਾ, ਇੱਕ ਵਾਲੇ ਪਹਾੜਾਂ ਦੀ ਜਿਹੜੀ ਲਾਈਨ ਜੀ ਮੈਂ ਤਾਂ ਮੁੱਕ ਗਈ। ਹਾਂ ਵਾਹ, ਪਰਲੇ ਪਾਸੇ ਜਿਵੇਂ ਉਹ ਟਾਵੇ ਟਾਵੇ ਜੇ ਇੱਕ ਦੋ ਤਿੰਨ ਦੋ ਪਰੇ ਖੜੇ ਆ ਯਾ, ਇਹ ਪਤਾ ਨੀ ਕਿਵੇਂ ਯਾਰ। ਦੇਖ ਨਾ ਵੀ ਜਿਵੇਂ ਇੱਥੋਂ ਲਾਈਨ ਜੀ ਖਤਮ ਗਈ, ਵਿੱਚੋਂ ਵਿੱਚੋਂ ਜਿਵੇਂ ਵੋਲਕੈਨੋ ਜਦੋਂ ਉਹ ਨਿਕਲਿਆ ਵੀ ਥੋੜਾ ਅਸਰ ਜਿਹਾ ਰਹਿ ਗਿਆ ਹੋਣਾ, ਹੈ ਨਾ। ਉਹ ਗਾਹਾਂ ਗਾਹਾਂ ਜਿਵੇਂ ਛੋਟੀ ਛੋਟੀਆਂ ਪਹਾੜੀਆਂ ਜਿਹੀਆਂ ਬਣਾ ਦਿੱਤੀਆਂ, ਜਿਵੇਂ ਆਪਾਂ ਆਟੋਕੋਟਸ ਨੇ ਗਏ ਤੇ ਵੀ ਹਾਂ ਵੀ ਉਹਦੇ ਨਾਲ ਰੁੜ ਕੇ ਆ ਗਿਆ, ਆਈਸ ਦੇ ਨਾਲ ਪੱਥਰ ਉਵੇਂ ਹੋਏ ਹੋਏ। ਬਾਕੀ ਸਾਰੀ ਪੱਧਰੀ ਜ਼ਮੀਨ ਹੈ, ਇੱਧਰ ਨੂੰ ਸਾਰੇ ਪਾਸੇ ਖੇਤੀ ਹੋ ਰਹੀ ਹੈ। ਕੁਦਰਤ ਦੇ ਰੰਗ ਨੇ ਯਾਰ ਇਹ। ਸਫ਼ਰ ਤੇ ਚੱਲਦੇ ਚੱਲਦੇ ਆਪਾਂ ਹੁਣ ਇੱਕ ਛੋਟੇ ਜਿਹੇ ਪਿੰਡ ਆਰਕੋ ਦੇ ਵਿੱਚ ਆਏ ਹਾਂ, ਤੇ ਪਿੱਛੇ ਸਾਈਨ ਲੱਗਿਆ ਹੋਇਆ, ਕਹਿੰਦੇ ਫਸਟ ਸਿਟੀ ਇਨ ਦਾ ਵਰਲਡ ਲਾਈਟਡ ਬਾਈ ਐਟੋਮਿਕ ਪਾਵਰ। ਐਟੋਮਿਕ ਵਾਲਾ ਤਾਂ ਚੱਕਰ ਹੈਗਾ ਕਹਿੰਦਾ ਫਾਰ ਸ਼ੋਰ। ਏਦਾਂ ਜੀ ਗੱਲ ਇਹ ਹੈ, ਇਹ 1955 ਦੇ ਵਿੱਚ ਜਿਹੜਾ ਆਰਕੋ ਸਿਟੀ ਹੈ, ਇਹ ਪਹਿਲਾ ਸਿਟੀ ਹੈ ਜਿਹੜਾ ਜਿਵੇਂ ਨਿਊਕਲੀਅਰ ਜਿਹੜੀ ਪਾਵਰ ਨਾਲ ਬਿਜਲੀ ਬਣੀ ਉਹਦੇ ਨਾਲ ਇੱਥੇ ਲਾਈਟਾਂ ਬਲੀਆਂ ਜਿਹੜੀਆਂ। ਅੱਛਾ, ਹਾਂ ਦੁਨੀਆ ਦੀ ਪਹਿਲੀ ਸਿਟੀ ਹੈ ਜਿੱਥੇ ਨਿਊਕਲੀਅਰ ਪਾਵਰ ਯੂਜ਼ ਹੋਈ ਲਾਈਟਾਂ ਬਾਲਣ ਵਾਸਤੇ 1955 ਚ। ਜਿਹੜਾ ਉਹ ਪਿੱਛੇ ਮਿਲਣਾ ਦਾ ਆਪਾਂ ਨੂੰ ਇੱਕ ਲੈਬੋਰੇਟਰੀ ਦੇ ਸਾਈਨ ਜੇ ਆ ਰਹੇ ਸੀ, ਬਸ ਉਹ ਜਿਹੜਾ ਰਹੀ ਹੋਣਾ ਹੈ ਨਾ, ਜਿਹੜਾ ਨਿਊਕਲੀਅਰ ਰਿਐਕਟਰ ਹੈ ਉਹ ਜਿਹੜੀ ਲੈਬੋਰੇਟਰੀਜ਼ ਹੈ ਅਡਾਹੋ ਨੈਸ਼ਨਲ ਲੈਬੋਰੇਟਰੀਜ਼ ਉਹਦੇ ਅੰਡਰ ਹੈ।
ਉਹਨਾਂ ਨੇ ਫਿਰ ਜਿਵੇਂ ਕਹਿੰਦੇ ਵੀ ਪਹਿਲਾਂ ਟੈਸਟਿੰਗ ਵਾਸਤੇ 1 ਘੰਟੇ ਵਾਸਤੇ ਬਿਜਲੀ ਉਰੇ ਜਿਵੇਂ ਛੱਡੀ ਸਮਝ ਲਓ, ਤੇ ਮੁੜ ਕੇ ਫਿਰ ਜਦ ਸਾਰਾ ਜਿਵੇਂ ਰੈਗੂਲਰ ਚੱਲ ਪਿਆ ਕੰਮ, ਫਿਰ ਹੁਣ ਤਾਂ ਆਉਂਦੀ ਹੈ ਨੋਰਮਲ ਸਪਲਾਈ। ਪਰ ਉਦੋਂ 1955 ਚ ਪਹਿਲਾਂ 1 ਘੰਟੇ ਵਾਸਤੇ ਇਹ ਪਹਿਲੀ ਸਿਟੀ ਆ ਜਿਹਨੂੰ ਬਿਜਲੀ ਪਹੁੰਚੀ ਆ। ਅੱਛਾ, ਉਹ ਦੇਖੋ ਇੱਕ ਪਿੱਛੇ ਉਹ ਪੱਥਰ ਜੀ ਕਿਵੇਂ ਉਹ ਲੱਗੇ ਹੋਏ, ਉਹਨਾਂ ਤੇ ਕੁਛ ਨਾ ਕੁਛ ਲਿਖਿਆ ਹੋਇਆ ਹੈ ਨਾ, ਉਹਦੇ ਪਹਾੜ ਦੇ ਉੱਤੇ 50, 90, 48 ਉਹ ਦੇਖ ਵਿੱਚ ਸਾ ਇੱਕ ਲਿਖਿਆ 2000 ਹੈ ਨਾ। ਹਾਂ, ਇਹ ਹੁਣ ਕਿਆ ਗੱਲ ਹੈ ਵੀ 1920 ਦੇ ਵਿੱਚ ਉਹਦੇ ਨਾਲ ਇੱਕ ਸਕੂਲ ਆ ਹਾਈ ਸਕੂਲ। ਅੱਛਾ, ਤਾਂ ਉਹ ਜਦੋਂ ਹਾਈ ਸਕੂਲ ਦੇ ਬੱਚੇ 1920 'ਚ ਗ੍ਰੈਜੂਏਟ ਹੋਏ ਤਾਂ ਉਹਨਾਂ ਨੇ ਨਾ ਇੱਕ ਪੱਥਰ ਦੇ ਉੱਤੇ 20 ਲਿਖਤਾ। ਅੱਛਾ, ਉੱਦਾਂ ਹੀ। ਹਾਂ ਵੀ ਉਹੀ ਬਸ ਜਿਵੇਂ ਸ਼ੌਂਕ ਹੈ ਤੌਰ 'ਤੇ ਵੀ ਹਾਂ ਵੀ ਅਸੀਂ ਗ੍ਰੈਜੂਏਟ ਹੋਏ ਹਾਂ, ਅਤੇ ਉਹਨਾਂ ਨੇ ਜਾ ਕੇ ਪੱਥਰ ਪਰ 20 ਲਿਖਤਾ ਵੀ 20 ਦੀ ਕਲਾਸ ਪਾਸ ਆਊਟ ਹੋ ਗਈ ਅੱਜ। ਤਾਂ ਜਿਹੜੇ ਉਹਦੇ ਅਗਲੇ ਸਾਲ 21 'ਚ ਪਾਸ ਆਊਟ ਹੋਣ ਵਾਲੇ ਤੇ 1921 'ਚ ਉਹਨਾਂ ਨੂੰ ਆਈਡੀਆ ਵਧੀਆ ਲੱਗਿਆ, ਉਹਨਾਂ ਨੇ ਜਾ ਕੇ 21 ਲਿਖਤਾ। ਅੱਛਾ, ਉਹ ਫਿਰ ਐਂ ਅੱਗੇ ਅੱਗੇ ਜਿਵੇਂ ਵੀ ਹੁਣ ਤਾਂ ਕਹਿ ਵੀ ਟ੍ਰੈਡੀਸ਼ਨ ਬਣ ਗਿਆ, ਹੁਣ ਐਂ ਗੱਲ ਚੱਲਦੀ ਜਾ ਰਹੀ ਹੈ। ਅੱਛਾ, ਹਰੇਕ ਸਾਲ ਜਿਹੜੀ ਕਲਾਸ ਪਾਸ ਆਊਟ ਹੁੰਦੀ ਹੈ ਉਹ ਜਾ ਕੇ ਆਪਣਾ ਸਾਲ ਲਿਖਿਆ ਆਉਂਦੀ ਹੈ, ਉਹਦੇ ਜਿਵੇਂ 99, 81 ਇੱਧਰਲਾ ਪਹਾੜ ਭਰ ਗਿਆ ਸੀਗਾ ਉਹਨਾਂ ਨੇ, ਉਹ ਫਿਰ ਗਾਹਾਂ ਵਾਲੇ ਤੇ ਵੀ ਚਲਾ ਲਿਆ ਕੰਮ ਨਾ। ਹਾਂ, ਉਹ ਉਦੋਂ ਕਿੱਥੇ ਜਾ ਕੇ ਕੋਈ ਲਿਖਿਆ ਹੈ 64 ਲਿਖਿਆ ਹੋਇਆ ਉਹ ਪਿੱਛੇ ਦੂਰ, ਇਹਦਾ ਮਤਲਬ 1964 ਦੇ ਵਿੱਚ ਲਿਖਿਆ ਸੀ ਉਹ। ਹਾਂ, 1964 ਚ ਲਿਖਿਆ ਤਾਂ ਉਹ 2000 ਤਾਂ 45 ਨੂੰ ਦਿਖਦਾ ਹੈ 45 ਵਾਲੇ ਪੱਥਰ ਚ, ਉਹ ਤੇ ਇੱਧਰ ਉਹ 22 ਦਿਖਦਾ ਲਿਖਿਆ ਵਾ ਸਭ ਤੋਂ ਸਾਈਡ ਪਰ 87 ਦੇ ਨਾਲ। ਲੈ ਪਿੰਡ ਦਾ ਤੋਰਾ ਫੇਰਾ ਜਾ, ਇੱਥੇ ਟ੍ਰੇਲ ਬਣੀ ਹੋਈ ਸੀ, ਇੱਥੇ ਤੁਰਨ ਫਿਰਨ ਨੂੰ ਨਿਕਲੇ ਆਪਾਂ ਇਹਦੇ ਨਾਲ ਹੀ। ਤੇ ਅੱਜ ਆਪਣੀ ਸਲਾਹ ਵੀ ਇੱਥੇ ਹੈਗੀ ਰੁਕਣ ਦੀ, ਦਿਨ ਸੂਰਜ ਦਾ ਖਾਸਾ ਖੜਾ ਹੈਗਾ ਪਰ ਮੈਨੂੰ ਲੱਗਦਾ 8 ਵੱਜ ਗਏ ਸੀ। ਹਾਂ, 8 ਵੱਜ ਚੁੱਕੇ ਨੇ ਨਹੀਂ। ਇਸ ਵਾਰੀ ਆਪਾਂ ਪੂਰਾ ਜਿਵੇਂ ਪਲਾਨ ਇਹੀ ਕਰਕੇ ਆਏ ਆ ਵੀ ਬਸ ਜਿੱਥੇ ਜੀ ਖਰੇ ਕਰੂਗਾ ਉੱਥੇ ਹੀ ਆਪਾਂ ਨੇ ਰਾਤ ਕੱਟ ਲਿਆ ਕਰਨੀ ਹੈ, ਜੇ ਨਾ ਕੋਈ ਬਣਿਆ ਗੱਲ ਆ ਤਾਂ ਆਪਾਂ ਗੱਡੀ ਦੇ ਵਿੱਚ ਹੀ ਇਸ ਵਾਰੀ ਚੱਲਣਾ ਕੰਮ। ਬੱਬੂ ਜਿੱਥੇ ਤੱਕ ਪਹੁੰਚਿਆ ਗਿਆ ਬਸ ਉੱਥੇ ਹੀ ਆਪਾਂ ਨੇ ਸੌਂ ਜਾ ਕਰਨਾ, ਸੜਕ ਦੇ ਕਿਨਾਰੇ ਗੱਡੀ ਖੜਾ ਕੇ। ਸੋ ਪਹਿਲਾਂ ਦੇਖਦੇ ਆ ਪਿੰਡ ਨੂੰ ਵੀ ਦੇਖਦੇ ਆ ਘੁੰਮ ਫਿਰ ਕੇ, ਜੇ ਫਿਰ ਜੇ ਕੋਈ ਜਗ੍ਹਾ ਲੱਭਦੀ ਹੈ ਤਾਂ ਉੱਥੇ ਫਿਰ ਗੱਡੀ ਪਾਰਕ ਕਰੀਏ, ਨਹੀਂ ਫਿਰ ਕੋਈ ਟੈਂਟ ਵਗੈਰਾ ਲਾ ਕੇ ਤੇ ਉੱਥੇ ਹੀ ਫਿਰ ਅੱਜ ਆਪਾਂ ਅੱਜ ਦੇ ਦਿਨ ਦੀ ਸਮਾਪਤੀ ਕਰਾਂਗੇ। ਤੇ ਇੱਕ ਗੱਲ ਹੋਰ, ਜਿਹੜਾ ਇਹ ਕਹਿੰਦੇ ਵੀ ਹੁਣ ਜਿਹੜਾ ਆਰਕੋ ਜਿਹੜਾ ਪਿੰਡ ਆ ਇਹ ਉਰੇ ਨਾ ਇਹਦੇ ਬਿਲਕੁਲ ਨੇੜੇ ਮੂਨ ਕ੍ਰੇਟਰ ਹੈ। ਹਾਂ, ਉਹਦੇ ਲਈ ਬਹੁਤ ਮਸ਼ਹੂਰ ਹੈ ਇਹ। ਹੁਣ ਉੱਥੇ ਜਿਵੇਂ ਉਹ ਵੀ ਆਪਾਂ ਜਿਵੇਂ ਕੱਲ ਨੂੰ ਦੇਖਣਾ ਵੈਸੇ ਉਹ ਉੱਥੇ ਜਿਵੇਂ ਨਾ ਵੀ ਕਹਿੰਦੇ ਵੋਲਕੈਨਿਕ ਕਰਪਸ਼ਨਾਂ ਹੋਈਆਂ ਕਾਫੀ ਮੇਜਰ, ਤਾਂ ਉਹਦੇ ਕਰਕੇ ਜਿਵੇਂ ਲਾਵੇ ਨਾਲ ਜਿਹੜੀ ਸਾਰੀ ਧਰਤੀ ਹੈ ਉਹ ਐਂ ਬਣੀ ਹੋਈ ਹੈ ਵੀ ਜਿਵੇਂ ਚੰਦ ਉੱਪਰ ਤੇ ਜਦੋਂ ਫੋਟੋ ਖਿੱਚਦੇ ਹਾਂ ਉਹ ਸੇਮ ਕਹਿੰਦੇ ਉੱਦਾਂ ਦਾ ਉਹ ਹੈ। ਨਹੀਂ, ਇਹ ਪਿੰਡ ਜਾਂ ਜਿਵੇਂ ਸਾਰੇ ਪਾਸੇ ਪਹਾੜਾਂ ਜਿਹਾਂ ਨਾਲ ਘਿਰਿਆ ਹੋਇਆ ਵੀ ਇਹ ਹੈਗੀ ਹੈ ਧਰਤੀ ਦੇ ਵਿੱਚ ਨਾ ਕੋਈ ਗੱਲਬਾਤ, ਤਾਂ ਹੀ ਇੱਥੇ ਐਟੋਮਿਕ ਵਾਲਾ ਵੀ ਕੰਮ ਇਹਨਾਂ ਨੇ ਪ੍ਰੋਜੈਕਟ ਇੱਥੇ ਚਲਾਇਆ। ਇਹ ਆ ਉਹ ਸਕੂਲ ਜਿਹੜੇ ਜਵਾਕਾਂ ਨੇ ਗੇ ਉੱਥੇ ਨੰਬਰ ਜਿਹੜੇ ਲਿਖਣੇ ਸ਼ੁਰੂ ਕਰੇ ਸੀਗੇ, ਤੇ ਉੱਧਰ ਉਹ ਸਾਹਮਣੇ ਉਹ ਪਹਾੜ ਹੈਗਾ, ਮੈਨੂੰ ਲੱਗਦਾ ਕੋਈ ਜਵਾਕ ਸ਼ਰਾਰਤੀ ਜਿਹਾ ਹੋਣਾ ਹੈ ਨਾ, ਇੱਥੋਂ ਦੇਖ ਹੀ ਜਾਂਦਾ ਹੋਣਾ ਹੈਗਾ ਬੈਠਾ ਵੀ ਜਿੱਦਣ ਨੇ ਪਾਸ ਆਊਟ ਹੋਇਆ ਵੀ ਉੱਤੇ ਮੈਂ ਕੁਛ ਲਿਖ ਕੇ ਆਉਣਾ ਜਾ ਕੇ ਤਾਕੀ ਜੋ ਪਹਾੜੇ ਦੇਖਦਾ ਤਾਂ। ਹਾਂ, ਇੱਕ ਗੱਲ ਹੋਰ ਵੀ ਹੈ ਵੀ ਜੇ ਭੁਲੇਖਾ ਪੈਂਦਾ ਹੋਵੇ ਵੀ 1920 ਬਹੁਤ ਪੁਰਾਣਾ ਹੋ ਗਿਆ, ਮੜ ਜਾ ਦਰਖਤ ਦਿਖਾਈਏ। ਇੱਥੋਂ ਪਤਾ ਲੱਗਦਾ ਵੀ ਹਾਂ ਵੀ ਬਾਕੀ 1920 ਦਾ ਸਕੂਲ ਹੈਗਾ ਇਹ। ਇਹ ਜਿਹੜਾ ਦਰਖਤ ਹੈ ਜਿਵੇਂ ਟਾਲੀ ਵਾਲਾ ਜਿਵੇਂ ਹੁੰਦਾ ਆਪਣੇ, ਉਹੀ ਪੱਤੇ ਨੇ, ਉਹੀ ਦਰਖਤ ਹੈਗਾ ਉੱਡਾ। ਕੱਲੇ ਤਣਾ ਦੇਖ, ਤਣਾ ਦੇਖ ਲੈ ਨਾ ਕਿੰਨਾ ਚੌੜਾ ਹੈਗਾ ਯਾਰ। ਕੱਲਾ ਹੀ ਨਹੀਂ, ਸਾਰੇ ਹੀ ਜਿੰਨੇ ਵੀ ਲਾਈਨ ਚ ਲੱਗੇ ਹੋਏ ਆ। ਓਏ ਹੋਏ,
ਤਿੰਨੇ ਖੜ ਜਾਂਦੇ ਨਾਲ ਪਾਵਲੇ ਤੇਰੀ ਜਗ੍ਹਾ ਖਾਲੀ ਰਹਿ ਗਈ ਬਾਈ ਇੱਧਰ ਦੇਖ ਲੋ ਤੈਨੂੰ ਮਿਸ ਕਰ ਰਹੇ ਆ ਅਸੀਂ ਪੂਰਾ ਇਸ ਦੇ ਵਿਚ ਤਿੰਨ ਜਣੇ ਹੁੰਦੇ ਬਿਖੇਰਾ ਪੈ ਜਾਣਾ ਹਾਂ ਸਹੀ ਗੱਲ ਹੈ ਜੇ ਮਾਂਗਟ ਵੀ ਆਇਆ ਹੁੰਦਾ ਫਿਰ ਮੈਨੂੰ ਲੱਗਦਾ ਆਲੇ ਦੁਆਲੇ ਦੀ ਪਾ ਲੈਂਦੇ ਯਾਰ ਕਿੰਨੇ ਸ਼ਾਂਤੀ ਜੀ ਹੈ ਨਾ ਜਾਨਵਰ ਜੀ ਚੀਂ ਚੀਂ ਜੀ ਹੋ ਰਹੀ ਹੈ ਦੇਖੋ ਅਮਰੀਕਾ ਦੇ ਵਿਚ ਆਪਾਂ ਕਿਤੇ ਵੀ ਜਾਂਦੇ ਹਾਂ ਨਾ ਝੰਡਾ ਜ਼ਰੂਰ ਇਹਨਾਂ ਦਾ ਲੱਗਿਆ ਹੁੰਦਾ ਵਾਲਮਾਰਟ ਗਏ ਉੱਥੇ ਸਟੋਰ ਦੇ ਅੰਦਰ ਹੀ ਮੈਨੂੰ ਲੱਗਦਾ 15-20 ਝੰਡੇ ਲੱਗੇ ਹੋਏ ਸੀ ਇੱਧਰ ਆਹ ਲੱਗਿਆ ਹੋਇਆ ਹੈਗਾ ਤੇ ਉੱਧਰ ਉਹ ਉੱਥੇ ਹੈਗਾ ਸਕੂਲ ਦੇ ਬਾਹਰ ਵੀ ਹੈਗਾ ਹਾਂ ਵੀ ਜਿਵੇਂ ਯਾਰ ਵੀ ਕੰਟਰੀ ਦੀ ਹੈਗੀ ਆ ਹੈਗੀ ਤੱਕ ਤਾਂ ਮਾਣ ਕਰਨਾ ਮੰਨਦਾ ਵੀ ਆ ਯਾਰ ਜੋ ਵੀ ਆ ਹਾਂ ਬਾਕੀ ਪਾਵਲਾ ਜੀ ਨੇ ਇਸ ਵਾਰੀ ਵਿਚਾਰੇ ਨੇ ਖਰਚਾ ਖੁਰਚਾ ਸੋਹਣਾ ਆਪਣੇ ਨਾਲ ਕਰ ਲਿਆ ਸੀਗਾ ਟਿਕਟਾਂ ਟੁਕਟਾਂ ਲਈਆਂ ਹੋਈਆਂ ਸੀਗੀਆਂ ਬੈਗ ਵੀ ਪੂਰਾ ਰੈਡੀ ਕਰਨ ਦੇ ਐਨ ਹੋਇਆ ਹੋਇਆ ਸੀਗਾ ਪਰ ਮੌਕੇ 'ਤੇ ਥੋੜ੍ਹਾ ਜਿਹਾ ਜਿਵੇਂ ਪਰਿਵਾਰਕ ਕੋਈ ਅੜਿੱਕਾ ਆ ਗਿਆ ਉਹਨੂੰ ਆਇਆ ਨਹੀਂ ਗਿਆ ਕਿਉਂਕਿ ਟੂਰ ਵਗੈਰਾ ਜਿਹੜੇ ਵੀ ਆਪਾਂ ਕੋਈ ਪਲਾਨ ਕਰਦੇ ਹੁੰਦੇ ਆਪਾਂ ਕਾਫੀ ਪਹਿਲਾਂ ਪਲਾਨ ਕਰ ਲਈਦੇ ਨੇ ਫਿਰ ਕਈ ਵਾਰੀ ਮੌਕੇ 'ਤੇ ਕੋਈ ਨਾ ਕੋਈ ਅੜਚਣ ਆ ਜਾਂਦੀ ਹੈ ਅਤੇ ਫਿਰ ਇਸ ਵਾਰੀ ਜਿਵੇਂ ਵਿਚਾਰੇ ਤੋਂ ਆਇਆ ਨਹੀਂ ਗਿਆ ਤਾਂ ਮੈਂ ਤਾਂ ਬਾਠ ਮਾਂਗਟ ਦਾ ਤਾਂ ਪਹਿਲਾਂ ਹੀ ਉਹਨੂੰ ਹੈਗਾ ਸੀ ਥੋੜ੍ਹਾ ਸੀ ਕੋਈ ਇਹ ਥੋੜ੍ਹਾ ਜਿਹਾ ਚੱਲ ਰਿਹਾ ਹੈਗਾ ਵੀ ਬਿਜ਼ੀ ਸੀਗਾ ਪਹਿਲਾਂ ਹੀ ਉਹਦਾ ਤਾਂ ਹੈ ਨਹੀਂ ਸੀਗਾ ਅਗਲੀ ਵਾਰੀ ਜਦੋਂ ਆਪਾਂ ਕੋਈ ਟੂਰ ਕੱਢਿਆ ਉਦੋਂ ਜ਼ਰੂਰ ਉਹਦਾ ਹੈਗਾ ਸਾਡੀ ਇੱਕ ਬੁਕਿੰਗ ਹੋਈ ਹੋਈ ਹੈ ਪਹਿਲਾਂ ਹੀ ਅਤੇ ਉਦੋਂ ਫਿਰ ਅਸੀਂ ਚਾਰੇ ਜਾਣੇ ਪੂਰਾ ਹਾਂ ਪੂਰਾ ਕਰਿਆ ਹੋਇਆ ਹੈਗਾ ਖੜ ਜੁਮੜਾ ਬਾਹਲਾ ਖੜਕਾ ਕਰਦਾ ਇਹਦਾ ਟਰੱਕਾਂ ਵਾਲੇ ਵੀ ਟਰੱਕ ਰੂਟ ਇਹ ਵੀ ਹੈਗਾ ਹੈ ਨਾ ਪੂਰਾ ਪਿੰਡਾਂ ਦੇ ਵਿੱਚ ਦੀ ਅਗਲੀ ਵਾਰੀ ਜਿਵੇਂ ਕਹਿ ਰਹੇ ਸੀ ਵੀ ਹੈਗਾ ਆਪਣਾ ਕਰਿਆ ਹੋਇਆ ਸੋ ਸਾਰਾ ਕੁਛ ਠੀਕ ਰਿਹਾ ਤਾਂ ਆਪਾਂ ਮਿਲਾਂਗੇ ਫਿਰ ਉੱਥੇ ਚਾਰੇ ਜਾਣੇ ਇਕੱਠੇ ਤੇ ਆਹ ਟਰੱਕ ਵਾਲਾ ਬਾਈ ਹੱਥ ਖੜੇ ਕਰਦਾ ਜਾਂਦਾ ਸੀ ਉਹੀ ਗੱਲ ਹੋਈ ਵੀ ਆਪਾਂ ਹਜੇ ਗੱਲ ਹੀ ਕਰਦੇ ਸੀਗੇ ਜਦੀ ਦੇਸੀ ਬਾਈ ਨਿਕਲਿਆ ਹੱਥ ਖੜਾ ਕਰਦਾ ਜਾਂਦਾ ਸੀ ਕੈਮਰਾ ਘੁਮਾਉਂਦੇ ਟਾਈਮ ਲੱਗ ਗਿਆ ਤੇ ਪੀਲੇ ਪਰਨੇ ਦੇਖ ਕੇ ਪਤਾ ਲੱਗ ਗਿਆ ਵੀ ਬਾੜ ਉਹਨੀ ਖੱਟਾ ਪਰਨਾ ਪਤਾ ਨਹੀਂ ਤਾਂ ਹੀ ਮੰਨ ਕੇ ਆਏ ਨੇ ਵੀ ਦੂਰੋਂ ਮੈਂ ਪਛਾਣਿਆ ਜਾਵਾਂ ਜਿਵੇਂ ਉੱਥੇ ਵਾਲਮਾਰਟ ਵੀ ਗਏ ਸੀ ਵੀ ਉਹ ਬੰਦੇ ਦੇਖਦੇ ਜ਼ਰੂਰ ਸੀਗੇ ਪਰ ਉਹ ਜਿਵੇਂ ਉਹ ਰੇਸਿਜ਼ਮ ਵਾਲੀ ਗੱਲ ਨਹੀਂ ਹੈਗੀ ਸੀ ਹਨਾ ਤੇ ਆਪਾਂ ਆਹ ਦੇਖੋ ਪਿੰਡ ਦੇ ਵਿੱਚ ਇੱਕ ਨਾ ਦੇਖਣ ਆਇਆ ਜਗ੍ਹਾ ਤੋਂ ਜਾਂਦੇ ਜਾਂਦੇ ਆਪਾਂ ਨੂੰ ਦੇਖਿਆ ਜਿਵੇਂ ਕੋਰਟ ਹਾਊਸ ਬਣਿਆ ਹੋਇਆ ਹੈਗਾ ਛੋਟਾ ਜਿਹਾ ਪਿੰਡ ਦੀ ਜਿਵੇਂ ਆਪਣੇ ਪਿੰਡ 'ਚ ਸੱਥਾਂ ਨਹੀਂ ਹੁੰਦੀਆਂ ਸੀ ਵੀ ਜਦੋਂ ਪਿੰਡ ਵਾਲੇ ਕੋਈ ਆਪਣੀਆਂ ਗਲੀਆਂ ਨਾਲੀਆਂ ਵਿੱਚ ਹੀ ਲੜ ਪੈਂਦੇ ਸੀਗੇ ਤੇ ਇੱਥੇ ਜਦੋਂ ਕੋਈ ਮਾੜਾ ਮੋਟਾ ਨਾ ਰੌਲਾ ਰੂਲਾ ਪੈਂਦਾ ਹੋਊ ਫਿਰ ਮੈਨੂੰ ਲੱਗਦਾ ਕੋਰਟ ਹਾਊਸ ਇਸ ਕੰਮ ਨੂੰ ਬਣਾਈ ਹੋਈ ਹੈ ਸਮਝੌਤਿਆਂ ਵਾਸਤੇ ਵੀ ਉੱਥੇ ਸੱਥਾਂ 'ਚ ਬਹਿੰਦੇ ਸੀਗੇ ਇੱਥੇ ਆ ਬਿਲਡਿੰਗ 'ਚ ਵਿੱਚ ਇਹ ਆਉਂਦਾ ਫਿਰ ਇਹਨਾਂ ਦਾ ਜੱਜ ਸਾਹਿਬ ਬਹਿੰਦੇ ਨੇ ਉਹ ਕਰਦੇ ਨੇ ਇਹਨਾਂ ਦੇ ਫੈਸਲੇ ਜਿਹੜੇ ਵੀ ਰੌਲੇ ਰੱਪੇ ਹੈਗੇ ਨੇ ਹਾਈ ਰਾਈਜ਼ ਬਿਲਡਿੰਗ ਜਿਵੇਂ ਸਾਰੀਆਂ ਬਸ ਇੱਕ ਆ ਦੋ ਮੰਜ਼ਲੀ ਬਿਲਡਿੰਗਾਂ ਹਾਂ ਸਾਰੇ ਛੋਟਾ ਜਿਹਾ ਪਿੰਡ ਆ ਇੱਧਰ ਨੂੰ ਅੱਗੇ ਤੱਕ ਘਰ ਛੋਟੇ ਨੇ ਤੇ ਦਰਖਤ ਵੱਡੇ ਨੇ ਪਿੰਡਾਂ ਦੀ ਇਹੀ ਖਾਸੀਅਤ ਹੁੰਦੀ ਹੈਗੀ ਸ਼ਹਿਰਾਂ ਦੇ ਵਿੱਚ ਬਿਲਡਿੰਗਾਂ ਵਾਲੀਆਂ ਵੱਡੀਆਂ ਹੋ ਜਾਂਦੀਆਂ ਨੇ ਦਰਖਤਾਂ ਨਾਲੋਂ ਹਨਾ ਤੇ ਹਰਿਆਲੀ ਥੋੜੀ ਜਿਹੀ ਘੱਟ ਹੋ ਜਾਂਦੀ ਹੈ ਇੱਕ ਵਾਰ ਹੋਰ ਗੱਲ ਵੀ ਕਹਿਣੀ ਸੀ ਜਦੋਂ ਤੂੰ ਕਹਿੰਦਾ ਵੀ ਸਕੂਲ ਦੇ ਬੱਚੇ ਸ਼ਰਾਰਤੀ ਹੋਣਗੇ
ਜਿਹੜਾ ਸਕੂਲ ਦਾ ਲੋਗੋ ਦੇਖ ਤੂੰ, ਸਕੂਲ ਦਾ ਲੋਗੋ ਲਿਖਿਆ ਹੋਇਆ ਹੋਮ ਆਫ ਦੀ ਪਾਇਰੇਟਸ, ਹੁਣ ਜਿਹੜੇ ਲਿਖਿਆ ਹੀ ਹੋਮ ਆਫ ਦਾ ਪਾਇਰੇਟਸ ਹੈ, ਪਰ ਉਹਨੇ ਇਹੋ ਜਿਹੇ ਕੰਮ ਕਰਨੇ ਆ ਜਵਾਕਾਂ ਨੇ, ਇਹ ਵੀ ਪਤਾ ਨੀ ਪਹਿਲਾਂ ਹੀ ਲਿਖਿਆ ਹੋਊਗਾ, ਪਤਾ ਨੀ ਉਹ ਇਹੋ ਜਿਹੇ ਜਵਾਕ ਹੋਣਗੇ ਫਿਰ ਉਹਨਾਂ ਤੋਂ ਕਿਹਾ ਹੋਊਗਾ ਵੀ ਇਹ ਫਿਰ ਇਲਤੀ ਜਵਾਕ ਨੇ ਬਈ ਪਹਾੜ ਤੇ ਚੜ ਕੇ ਲਿਖੇ ਆਉਂਦੇ ਨੇ, ਕਿਤੇ ਐ ਨਾ ਹੋਵੇ ਜਿਵੇਂ ਆਪਣੇ ਛੁੱਟੀ ਹੁੰਦੀ ਸਿੱਧੀ ਛੁੱਟੀ, ਜਾਂ ਕੋਈ ਬੰਕ ਬੁੰਕ ਮਾਰ ਕੇ ਤਾਂ ਨੀ ਲਿਖਿਆ ਹੋਊਗਾ ਕੋਈ, ਤਾਂ ਇਹ ਜਾਂ ਨਾਮ ਉਹ ਕਰੇ ਆ। ਪਰ ਇਹ ਵੀ ਹੁਣ ਇੱਥੇ ਜਿਵੇਂ ਉਹ ਬਣ ਗਿਆ ਇੱਕ ਜਿਵੇਂ ਅਟ੍ਰੈਕਸ਼ਨ ਪੁਆਇੰਟ ਆ ਇਹ, ਇਹਨੂੰ ਨੰਬਰ ਮਾਊਂਟੇਨ। ਹਾਂ ਆ ਸਾਹਮਣੇ ਇੱਕ ਬਿਲਡਿੰਗ ਹੈ ਕੋਈ ਤੇ ਲਿਖਿਆ ਹੋਇਆ ਹੈਗਾ ਮੈਸੋਨਿਕ ਟੈਂਪਲ, ਹੈ ਨਾ 1916 ਦੀ ਬਿਲਡਿੰਗ ਹੈਗੀ, ਛੋਟੀ ਛੋਟੀ ਏਦਾਂ ਛਿੱਦੀਆਂ ਛਿੱਦੀਆਂ ਜਿਹੀਆਂ ਬਿਲਡਿੰਗਾਂ ਨਹੀਂ ਆ ਕੋਈ ਕਿਤੇ, ਜਿਵੇਂ ਆਪਣੇ ਪੁਰਾਣੀਆਂ ਹੁੰਦੀਆਂ ਸਰ ਹਾਂ ਸਿਟੀ ਦਾ ਆਫਿਸ ਹੈ ਇਹਨਾਂ ਦਾ, ਵੈਸੇ ਇਹ ਸ਼ਹਿਰ ਬਣ ਚੁੱਕੇ ਆ ਪਰ ਫੈਸਿਲਿਟੀਆਂ ਤੇ ਮਾਹੌਲ ਸਾਰਾ ਪਿੰਡਾਂ ਜੇ ਵਾਲਾ ਹੀ ਆ, ਤੇ ਆ ਇੱਧਰ ਇੱਕ ਕੈਫੇ ਬਣਿਆ ਹੋਇਆ, ਬੀਅਰ ਬੱਤਾ ਵਾਈਨ ਸਭ ਕੁਛ ਮਿਲਦਾ, ਤੇ ਇਹਦੇ ਸਾਹਮਣੇ ਹੀ ਇੱਧਰ ਥਾਣਾ ਬਣਾਤਾ ਇਹਨਾਂ ਨੇ, ਸੋ ਤਾਂ ਹੀ ਮੈਨੂੰ ਲੱਗਦਾ ਇਹ ਵੀ ਟਾਈਮ ਦੇ ਨਾਲ ਹੀ ਬੰਦ ਕਰਕੇ ਚਲੇ ਗਏ ਕਿਉਂਕਿ ਇਹਨਾਂ ਦੋਹਾਂ ਚੀਜ਼ਾਂ ਦਾ ਆਪਸ 'ਚ ਕੋਈ ਤਾਲਮੇਲ ਬਣਦਾ ਨਹੀਂ। ਆਹ ਜਿਹੜੀ ਬਿਲਡਿੰਗ ਹੈ ਇਹ ਵੀ ਇੱਕ ਸਰਕਾਰੀ ਬਿਲਡਿੰਗ ਹੈ, ਐਡਮਿਨਿਸਟ੍ਰੇਸ਼ਨ ਆਫਿਸ ਹੈ ਬਿਊਟ ਕੰਟੀ ਦਾ, ਅਤੇ ਆਹ ਹੈਗਾ ਇਹਨਾਂ ਦਾ ਫਾਇਰ ਸਟੇਸ਼ਨ, ਫਾਇਰ ਟਰੱਕ ਖੜ੍ਹੇ ਹੀ ਨੇਗੇ, ਅਤੇ ਛੋਟਾ ਜਿਹਾ ਪਿੰਡ ਹੈ ਨਾ ਸਾਰਾ ਕੁਛ ਹੈਗਾ ਹੀ ਹੈ ਇੱਥੇ, ਜਿਵੇਂ ਆਪਾਂ ਉੱਥੇ ਦੂਜੇ ਪਿੰਡ ਦੇ ਵਿੱਚ ਦੇਖੇ ਸੀਗੇ ਸਟੋਰੇਜ ਦੇ ਲਈ ਕੁੱਪੋ ਜੇ, ਇੱਥੇ ਵੀ ਇਹਨਾਂ ਨੇ ਬਣਾਏ ਹੋਏ ਨੇਗੇ ਆਪਦੇ ਦਾਣਾ ਪਾਣੀ ਇੱਥੇ ਸਟੋਰ ਕਰ ਲੈਂਦੇ ਨੇਗੇ। ਇੱਥੇ ਹੁਣ ਕੈਂਪ ਗਰਾਊਂਡ ਆਪਾਂ ਨੂੰ ਦੇਖਣੀਆਂ ਮਿਲੀਆਂ ਨੇ ਇੱਕ ਦੋ ਕੁ, ਪਰ ਸਾਰੀਆਂ ਦੇ ਵਿੱਚ ਆਰਵੀਆਂ ਵਗੈਰਾ ਹੀ ਖੜੀਆਂ ਨੇਗੀਆਂ, ਸੋ ਟੈਂਟ ਜਿਹਾ ਲਾਉਂਦੇ ਥੋੜ੍ਹਾ ਜਿਹਾ ਔੜ ਜਿਹਾ ਲੱਗਿਆ ਸਾਨੂੰ ਵੀ, ਫਿਰ ਆਪਾਂ ਅੱਜ ਦੀ ਜਿਹੜੀ ਰਾਤ ਹੈ ਉਹ ਗੱਡੀ ਦੇ ਵਿੱਚ ਹੀ ਉਹ ਕਰਾਂਗੇ। ਉਹ ਵੀ ਪਿੰਡ ਦਾ ਗੇੜਾ ਗੂੜਾ ਲਾ ਕੇ ਰੋਟੀ ਪਾਣੀ ਆਪਾਂ ਨੇ ਛਕ ਲਿਆ, ਕੈਂਪ ਗਰਾਊਂਡ ਜਿੱਦਾਂ ਆਪਾਂ ਦੇਖੇ ਸੀ ਵੀ ਥੋੜ੍ਹਾ ਜਿਹਾ ਟੈਂਟ ਵਾਲਾ ਮਾਹੌਲ ਜਿਹਾ ਹੈ ਨਹੀਂ ਸੀ, ਆਰਵੀ ਵਾਲਾ ਸਿਸਟਮ। ਹਾਂ ਸੋ ਗੱਡੀ ਦੇ ਵਿੱਚ ਆਪਾਂ ਗੱਦੇ ਲਾ ਲਏ, ਅਤੇ ਅੱਜ ਦੀ ਰਾਤ ਫਿਰ ਆਪਣੀ ਗੱਡੀ ਦੇ ਵਿੱਚ ਹੋ ਗਈ, ਅਤੇ ਸਵੇਰੇ ਇੱਥੋਂ ਹੀ ਆਪਣੇ ਸਫ਼ਰ ਦੀ ਆਪਾਂ ਕਰਦੇ ਹਾਂ ਸ਼ੁਰੂਆਤ ਜੀ। ਠੀਕ ਹੈ ਜੀ, ਰੱਬ ਰੱਖਾ। ਹਾਂਜੀ।